ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਜੀ ਪੰਜਾਬ ਪਟਵਾਰੀ ਦੀਆਂ ਆਨਲਾਈਨ ਕਲਾਸਸ ਸੋ ਅੱਜ ਜਿਹੜਾ ਆਪਾਂ ਸਬਜੈਕਟ ਡਿਸਕਸ ਕਰਾਂਗੇ ਉਹ ਕਰਾਂਗੇ ਜੀ ਕੰਪਿਊਟਰ ਠੀਕ ਹੈ ਸੋ ਇਸ ਆਨਲਾਈਨ ਕਲਾਸਸ ਦਾ ਲੈਕਚਰ ਫਸਟ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਅੱਜ ਮੈਂ ਸੋ ਐਸ ਆਨਲਾਈਨ ਕਲਾਸਸ ਦੇ ਵਿੱਚ ਮੈਂ ਤੁਹਾਨੂੰ ਸਾਰੇ ਸਬਜੈਕਟ ਕਵਰ ਕਰਵਾਉਂਗਾ ਸਪੈਸ਼ਲੀ ਫੋਰ ਦਾ ਪੰਜਾਬ ਪਟਵਾਰੀ ਐਗਜ਼ਾਮ ਠੀਕ ਹੈ ਜੀ ਜਿਹੜਾ ਅੱਜ ਆਪਾਂ ਡਿਸਕਸ ਕਰਾਂਗੇ ਕੰਪਿਊਟਰ ਦਾ ਸਬਜੈਕਟ ਡਿਸਕਸ ਕਰਾਂਗੇ ਔਰ ਤੁਸੀਂ ਕੀ ਐਸ ਵੀਡੀਓ ਨੂੰ ਵੱਧ ਤੋਂ ਵੱਧ ਆਪਦੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਹੈ ਠੀਕ ਹੈ ਸੋ ਅਗਰ ਐਸ ਵੀਡੀਓ ਦੇ ਉੱਪਰ 1000 ਵੀਵ ਆਉਂਦੇ ਆ ਠੀਕ ਹੈ 1000 ਵੀਵ ਆਉਂਦੇ ਤਾਂ ਹੀ ਮੈਂ ਇਸ ਸੀਰੀਜ਼ ਨੂੰ ਕੰਟੀਨਿਊ ਰੱਖੂਗਾ ਸੋ ਇਹ ਤੁਹਾਡੀ ਜ਼ਿੰਮੇਵਾਰੀ ਹੈ ਸੋ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ 1000 ਵੀਵ ਆ ਜਾਣ ਠੀਕ ਹੈ ਸੋ ਜਿੰਨਾ ਚਿਰ ਮੇਰੇ ਵੀਡੀਓਸ ਤੇ 1000 ਵੀਵ ਆਉਂਦੇ ਰਹਿਣਗੇ ਤਾਂ ਨੈਕਸਟ ਜਿਹੜੇ ਕਿ ਲੈਕਚਰ ਵੀ ਤੁਹਾਡੇ ਲਈ ਆਉਂਦੇ ਰਹਿਣਗੇ ਠੀਕ ਹੈ ਜੀ ਸੋ ਚਲੋ ਜੀ ਸਟਾਰਟ ਕਰਦੇ ਹਾਂ ਅਸੀਂ ਵੀਡੀਓ ਸਭ ਤੋਂ ਪਹਿਲਾ ਕੁਐਸਚਨ ਹੈਗਾ ਜੀ ਕੰਪਿਊਟਰ ਦਾ the performance of hard drive or other storage device meaning how long it takes to locate the file is located so dekhde hain ji computer subject da pehla question the performance of a hard drive or other storage device meaning how long it takes to locate the file is called theek hai kande agar hard disk de vich koi thodi file store kitti hui hai agar usnu usdi location find out karni hai theek hai locate the file ਤਾਂ ਉਸ ਪ੍ਰੋਸੈਸ ਨੂੰ ਅਸੀਂ ਕੀ ਕਹਿੰਦੇ ਹਾਂ ਕੀ ਉਸ ਨੂੰ ਲੋਕੇਟ ਕਰਨ ਲਈ ਉਸ ਨੂੰ ਫਾਈਂਡ ਕਰਨ ਲਈ ਕਿੰਨਾ ਟਾਈਮ ਲੱਗਿਆ ਉਸ ਨੂੰ ਕਹਿੰਦੇ ਆ ਜੀ ਅਸੈਸ ਟਾਈਮ ਠੀਕ ਹੈ ਜੀ ਅਸੈਸ ਟਾਈਮ ਮੀਨਸ ਉਹ ਫਾਈਲ ਨੂੰ ਅਸੈਸ ਕਰਨ ਤੇ ਤੁਹਾਨੂੰ ਕਿੰਨਾ ਟਾਈਮ ਲੱਗਿਆ ਠੀਕ ਹੈ ਜੀ ਸੋ ਇਹ ਆਪਾਂ ਗੱਲ ਕਰ ਰਹੇ ਜੀ ਹਾਰਡ ਡਰਾਈਵ ਦੀ ਹਾਰਡ ਡਰਾਈਵ ਕੀ ਇੱਕ ਤੁਹਾਡੀ ਇੱਕ ਸਟੋਰੇਜ ਡਵਾਈਸ ਹੁੰਦਾ ਜਿਸ ਦੇ ਵਿੱਚ ਤੁਸੀਂ ਕੀ ਆਪਦਾ ਸਾਰਾ ਡਾਟਾ ਸਟੋਰ ਕਰਦੇ ਹੋ ਤੁਹਾਡੇ ਕੋਲ ਕੋਈ ਵੀ ਵੀਡੀਓ ਲੈਕਚਰਸ ਪਏ ਨੇ ਕੋਈ ਮੂਵੀਜ਼ ਪਈਆਂ ਸੌਂਗ ਪਏ ਗੇਮਸ ਪਏ ਜੋ ਵੀ ਤੁਸੀਂ ਸਟੋਰ ਕਰਦੇ ਹੋ ਉਹ ਸਟੋਰ ਕਰਦੇ ਆ ਤੁਹਾਡੇ ਦੇ ਹਾਰਡ ਡਿਸਕ ਦੇ ਉੱਪਰ ਠੀਕ ਹੈ ਹਾਰਡ ਡਿਸਕ ਕੀ ਹੁੰਦੀ ਹੈ ਇੱਕ ਸੈਕੰਡਰੀ ਸਟੋਰੇਜ ਡਿਵਾਈਸ ਹੁੰਦਾ ਔਰ ਇੱਕ ਹੁੰਦੀ ਹੈ ਜੀ ਐਸਐਸਡੀ ਐਸਐਸਡੀ ਬੋਲਦੇ ਆ ਸੋਲਿਡ ਸਟੇਟ ਡਿਸਕ ਹੁਣ ਜਿਹੜੇ ਸਾਡੇ ਨਵੇਂ ਲੈਪਟਾਪਸ ਸਾਰੇ ਨੇ ਜਾਂ ਕੰਪਿਊਟਰਸ ਆ ਰਹੇ ਨੇ ਮੋਸਟਲੀ ਜਿਹੜੇ ਯੂਜ਼ਰਸ ਨੇ ਐਸਐਸਡੀ ਪਵਾ ਰਹੇ ਨੇ ਐਸਐਸਡੀ ਦਾ ਰੇਟ ਥੋੜਾ ਜਿਆਦਾ ਹੁੰਦਾ ਪਰ ਪਰਫਾਰਮੈਂਸ ਸੁਪਰ ਫਾਸਟ ਹੁੰਦੀ ਹੈ ਠੀਕ ਹੈ ਜੀ ਸੋ ਥੋੜੀ ਐਕਸਪੈਂਸਿਵ ਹੁੰਦੀ ਹੈ ਪਰ ਸਪੀਡ ਉਹ ਫਾਸਟ ਹੈ ਹੈਗੇ ਦੋਨੇ ਚੀਜ਼ਾਂ ਕੀ ਨੇ ਸਟੋਰੇਜ ਡਿਵਾਈਸ ਹੈ ਠ ਸੋ ਜਿਹੜਾ ਫਾਈਲ ਨੂੰ ਲੋਕੇਟ ਕਰਨ ਤੇ ਜਿਹੜਾ ਟਾਈਮ ਲੱਗਦਾ ਉਸ ਨੂੰ ਕੀ ਬੋਲਦੇ ਜੀ ਅਸੈਸ ਟਾਈਮ ਸੋ ਨੈਕਸਟ ਕੁਐਸਚਨ ਦੇਖੋ ਨੈਕਸਟ ਕੁਐਸਚਨ ਹੈਗਾ ਜੀ ਵਿਚ ਆਫ ਦਾ ਫੋਲੋਇੰਗ ਲੈਂਗੁਏਜ ਆਰ ਡਾਇਰੈਕਟਲੀ ਐਗਜ਼ੀਕਿਊਟਿਵ ਬਾਈ ਕੰਪਿਊਟਰ ਸੀਪੀਯੂ ਕਿਹੜੀ ਭਾਸ਼ਾ ਹੈ ਜਿਹੜੀ ਕੰਪਿਊਟਰ ਡਾਇਰੈਕਟਲੀ ਐਗਜ਼ੀਕਿਊਟ ਕਰਦਾ ਹੈ ਠੀਕ ਹੈ ਸੋ ਇਹ ਭਾਸ਼ਾ ਹੁੰਦੀ ਹੈ ਜੀ ਮਸ਼ੀਨ ਲੈਵਲ ਲੈਂਗੁਏਜ ਠੀਕ ਹੈ ਜਿਸ ਨੂੰ ਅਸੀਂ ਬਾਈਨਰੀ ਲੈਂਗੁਏਜ ਵੀ ਕਹਿੰਦੇ ਆ ਇਸ ਦੇ ਵਿੱਚ ਓਨਲੀ 2 ਡਿਜੀਟਸ ਹੀ ਹੁੰਦੇ ਆ 0 ਜਾਂ 1 ਕੰਪਿਊਟਰ ਨੂੰ ਹੋਰ ਕੋਈ ਭਾਸ਼ਾ ਸਮਝ ਨਹੀਂ ਆਉਂਦੀ ਉਹਦੇ ਵਿੱਚ ਸਿਰਫ ਦੋ ਡਿਜੀਟ ਹੀ ਨੇ 0 ਤੇ 1 ਉਹ ਕੀ ਹੈ 0 ਐਂਡ 1 ਦੀ ਫਾਰਮ ਦੇ ਵਿੱਚ ਕਨਵਰਟ ਕਰ ਲੈਂਦਾ ਹੈ ਠੀਕ ਹੈ ਸਪੋਜ਼ ਕਰ ਲਓ ਤੁਸੀਂ ਕੁਝ ਵੀ ਟਾਈਪ ਕਰਦੇ ਹੋ ਸਾਡੇ YouTube ਚੈਨਲ ਉਸ ਟਾਈਪ ਕਰ ਲੈ ਕੰਪਿਊਟਰ ਤੇ GK ਫੈਨਸ ਠੀਕ ਹੈ ਉਹ ਗੈਨੋ 01 ਦੀ ਫਾਰਮ ਦੇ ਵਿੱਚ ਕਨਵਰਟ ਕਰ ਲਿਆ ਹਰੇਕ ਅੱਖਰ ਨੂੰ ਠੀਕ ਹੈ ਸੋ ਇੱਕ ਕਾਫੀ ਵੱਡਾ ਕੋਡ ਹੋਏਗਾ ਜਿਵੇਂ ਜੀ ਵਾਸਤੇ ਵੀ ਕੋਡ ਹੋਏਗਾ 011001 ਸੋ ਇਸ ਤਰ੍ਹਾਂ ਦੀ ਫਾਰਮ ਜ ਇੱਕ ਕੋਡ ਹੋਏਗਾ ਠੀਕ ਹੈ ਸੋ ਇਸ ਨੂੰ ਅੰਡਰਸਟੈਂਡ ਕਰਨਾ ਬਹੁਤ ਮੁਸ਼ਕਿਲ ਹੈ ਸੋ ਉਸ ਨੂੰ ਆਦਾ ਮਸ਼ੀਨ ਲੈਵਲ ਲੈਂਗੁਏਜ ਸੋ ਪਰ ਹੁਣ ਆਪਾਂ ਜਿਹੜੀ ਯੂਜ਼ ਕਰਦੇ ਆ ਉਹ ਹੈਗੀ ਹਾਈ ਲੈਵਲ ਲੈਂਗੁਏਜ ਹਾਈ ਲੈਵਲ ਲੈਂਗੁਏਜ ਕਿ ਇੰਗਲਿਸ਼ ਦੀ ਤਰ੍ਹਾਂ ਹੀ ਲੈਂਗੁਏਜ ਹੁੰਦੀ ਹੈ ਇਸ ਨੂੰ ਰੀਡ ਕਰਨਾ ਬਿਲਕੁਲ ਆਸਾਨ ਹੈ ਠੀਕ ਹੈ ਪਹਿਲਾਂ ਦੇ ਕੰਪਿਊਟਰ ਤਾਂ ਹੀ ਕੋਈ ਯੂਜ਼ ਨਹੀਂ ਕਰ ਪਾਉਂਦਾ ਸੀਗਾ ਕਿਉਂਕਿ ਉਹਨੂੰ ਚਲਾਉਣਾ ਬਹੁਤ ਔਖਾ ਸੀਗਾ ਕੱਲੇ ਸਾਇੰਟਿਸਟ ਵਗੈਰਾ ਹੀ ਚਲਾਉਂਦੇ ਹੁੰਦੇ ਸੀ ਉਹਨਾਂ ਨੂੰ ਆਉਂਦੀ ਸੀ ਮਸ਼ੀਨ ਲੈਵਲ ਲੈਂਗੁਏਜ ਠੀਕ ਹੈ ਸੋ ਪਰ ਬਹੁਤ ਜ਼ਿਆਦਾ ਡਿਫਿਕਲਟ ਸੀ ਉਸ ਤੋਂ ਬਾਅਦ ਇਹ ਲੈ ਕੇ ਆਈ ਸੀ ਅਸੈਂਬਲੀ ਲੈਂਗੁਏਜ ਜਿਹੜੀ ਤੁਸੀਂ ਆਪਸ਼ਨ ਨੰਬਰ ਸੀ ਦੇਖ ਰਹੇ ਹੋ ਅਸੈਂਬਲੀ ਲੈਂਗੁਏਜ ਦੇ ਵਿੱਚ ਛੋਟੇ-ਛੋਟੇ ਇੰਗਲਿਸ਼ ਦੇ ਵਰਡ ਹੁੰਦੇ ਸੀ ਜਿਨ੍ਹਾਂ ਨੂੰ ਬੋਲਦੇ ਆ ਮਨੀਮੋਨਿਕ ਕੋਡਸ ਠੀਕ ਹੈ ਉਸ ਨੂੰ ਥੋੜਾ ਅੰਡਰਸਟੈਂਡ ਕਰਨਾ ਥੋੜਾ ਸੌਖਾ ਹੋ ਗਿਆ ਪਰ ਹੌਲੀ-ਹੌਲੀ ਜਿਵੇਂ-ਜ ਹਾਈ ਲੈਵਲ ਲੈਂਗੁਏਜ ਵੀ ਬਿਲਕੁਲ ਇੰਗਲਿਸ਼ ਦੀ ਤਰ੍ਹਾਂ ਹੀ ਹੈ ਠੀਕ ਹੈ ਇੰਗਲਿਸ਼ ਦੀ ਜਿਹੜਾ ਰੀਡ ਕਰਦੇ ਆ ਜਿਵੇਂ ਤੁਸੀਂ ਸਕਰੀਨ ਦੇ ਉੱਪਰ ਰੀਡ ਕਰ ਰਹੇ ਹੋ ਸੋ ਇਸ ਨੂੰ ਯੂਜ਼ਰ ਕੋਈ ਵੀ ਰੀਡ ਕਰ ਸਕਦਾ ਐਸੇ ਕਰਕੇ ਕੰਪਿਊਟਰ ਚਲਾਉਣਾ ਸੌਖਾ ਹੋ ਗਿਆ ਤੇ ਹਰੇਕ ਬੰਦਾ ਅੱਜ ਕੱਲ੍ਹ ਚਲਾਈ ਜਾਂਦਾ ਠੀਕ ਹੈ ਜੀ ਸੋ ਹਾਈ ਲੈਵਲ ਲੈਂਗੁਏਜ ਨੂੰ ਕੌਣ ਸਮਝਦਾ ਹੈ ਯੂਜ਼ਰ ਯੂਜ਼ਰ ਵਾਸਤੇ ਈਜ਼ੀ ਹੈ ਔਰ ਕੰਪਿਊਟਰ ਕਿਹੜੀ ਜਿਹੜੀ ਭਾਸ਼ਾ ਸਮਝਦਾ ਹੈ ਉਹ ਹੈਗੀ ਮਸ਼ੀਨ ਠੀਕ ਹੈ ਇਹਨਾਂ ਦੇ ਵਿੱਚ ਕਨਵਰਟਰ ਲੱਗਿਆ ਹੁੰਦਾ ਜਦੋਂ ਤੁਸੀਂ ਇੱਥੇ ਟਾਈਪ ਕਰਦੇ ਹੋ ਪਹਿਲਾਂ ਕੰਪਿਊਟਰ ਕਿ ਹਾਈ ਨੂੰ ਲੋਅ ਦੇ ਵਿੱਚ ਕਨਵਰਟ ਕਰਦਾ ਹੈ ਫਿਰ ਜਿਹੜਾ ਦਾ CPU ਇਹ ਨੂੰ ਅੰਡਰਸਟੈਂਡ ਕਰ ਬੰਦਾ ਔਰ ਜਦੋਂ ਅਸੀਂ ਕੋਈ ਸਾਨੂੰ ਇਨਫੋਰਮੇਸ਼ਨ ਚਾਹੀਦੀ ਨਹੀਂ ਹੁੰਦੀ ਤਾਂ ਸਾਡਾ CPU ਕਿ ਉਸ ਨੂੰ ਕਨਵਰਟ ਕਰਕੇ ਹੀ ਸਾਨੂੰ ਡਿਸਪਲੇ ਕਰਦਾ ਠੀਕ ਹੈ ਤਾਂ ਉਹ ਮਸ਼ੀਨ ਨੂੰ ਕਨਵਰਟ ਕਰਕੇ ਸਾਨੂੰ ਇੰਗਲਿਸ਼ ਦੇ ਵਿੱਚ ਸ਼ੋ ਕਰ ਦਿੰਦਾ ਹੈ ਹਾਈ ਲੈਵਲ ਲੈਂਗੁਏਜ ਦੇ ਵਿੱਚ ਸ਼ੋ ਕਰ ਦਿੰਦਾ ਹੈ ਸੋ ਐਸ ਕਰਕੇ ਇਸ ਤਰ੍ਹਾਂ ਪ੍ਰੋਸੈਸ ਚੱਲਦਾ ਰਹਿੰਦਾ ਠੀਕ ਹੈ ਜੀ ਸੋ ਡਿਜੀਟ ਜਰੂਰ ਯਾਦ ਰੱਖਣਾ ਕਿੰਨੇ ਡਿਜੀਟਸ ਹੁੰਦੇ ਬਾਈਨਰੀ ਦੇ ਵਿੱਚ 2 ਡਿਜੀਟਸ ਹੁੰਦੇ 0 ਐਂਡ 1 ਸੋ ਨੈਕਸਟ ਦੇਖੋ ਜੀ ਆ ਯੂਨਿਟ ਆਫ ਡਾਟਾ ਸਟੋਰੇਜ ਥੈਟ ਇਕਵਲਸ ਟੂ 2 17 ਇਜ਼ ਕਾਲਡ ਠੀਕ ਹੈ ਅਗਰ 2 ਦੀ ਪਾਵਰ 70 ਕਰ ਦਈਏ ਠੀਕ ਹੈ ਜੀ 2 ਦੀ ਪਾਵਰ ਕਿੰਨਾ ਕਰ ਦਈਏ 70 ਜਿਵੇਂ 2 ਦੀ ਪਾਵਰ 2 ਕਰ ਦਈਏ ਤਾਂ 4 ਹੋ ਜਾਂਦਾ 2 ਦੀ ਪਾਵਰ 3 ਕਰ ਦਈਏ ਤਾਂ 8 ਹੋ ਜਾਂਦਾ ਕਹਿੰਦਾ ਅਗਰ 2 ਦੀ ਪਾਵਰ 70 ਕਰ ਦਈਏ ਠੀਕ ਹੈ ਤਾਂ ਉਸ ਯੂਨਿਟ ਨੂੰ ਕੀ ਕਹਿੰਦੇ ਨੇ ਉਸ ਯੂਨਿਟ ਨੂੰ ਕਹਿੰਦੇ ਜੀ ਜੈਬੀਬਾਈਟ ਕੀ ਕਹਿੰਦੇ ਜੀ ਜੈਬੀਬਾਈਟ ਜਿਵੇਂ ਤੁਸੀਂ ਨੇ MB ਤਾਂ GB ਤਾਂ ਸੁਣੇ ਹੋਗਾ ਹਨਾ MB ਜਿਵੇਂ ਕੋਈ ਫੋਟੋ ਦਾ ਸਾਈਜ਼ ਤੁਸੀਂ ਫੋਟੋ ਖਿੱਚਦੇ ਮੋਬਾਈਲ ਦੇ ਉੱਤੇ ਉੱਥੇ ਆ ਜਾਂਦਾ 100MB ਜਾਂ 200MB ਜਾਂ ਹੁਣ ਜਿਵੇਂ ਤੁਸੀਂ ਪਟਵਾਰੀ ਦਾ ਐਗਜ਼ਾਮਪਲ ਆਇਆ ਸੀਗਾ ਉਹਦੇ ਵਿੱਚ ਲਿਖਿਆ ਆਇਆ ਸੀਗਾ 100KB ਠੀਕ ਹੈ ਕਿ ਫੋਟੋ ਦਾ ਸਾਈਜ਼ ਤੁਹਾਡਾ 100KB ਤੋਂ ਘੱਟ ਹੋਣਾ ਚਾਹੀਦਾ ਹੈ KB ਦਾ ਮਤਲਬ ਹੁੰਦਾ ਜੀ ਕਿਲੋਬਾਈਟਸ ਠੀਕ ਹੈ ਕਿਲੋਬਾਈਟਸ ਤੋਂ ਬਾਅਦ ਵੱਡਾ ਯੂਨਿਟ ਹੁੰਦਾ ਜੀ MB MB ਨੂੰ ਬੋਲਦੇ ਜੀ ਮੈਗਾਬਾਈਟਸ ਠੀਕ ਹੈ ਔਰ ਮੈਗਾਬਾਈਟਸ ਤੋਂ ਵੱਡਾ ਹੁੰਦਾ ਜੀ GB ਗੀਗਾਬਾਈਟਸ ਠੀਕ ਹੈ ਔਰ ਜੀਬੀ ਤੋਂ ਵੱਡਾ ਹੁੰਦਾ ਜੀ ਟੀਬੀ ਟੀਬੀ ਦਾ ਮਤਲਬ ਟੈਰਾਬਾਈਟ ਸੋ ਇਸੇ ਤਰ੍ਹਾਂ ਹੀ ਇਹ ਯੂਨਿਟ ਹੈ ਜਿਸ ਨੂੰ ਬੋਲਦੇ ਜੀ ਜੈਬੀਬਾਈਟ ਠੀਕ ਹੈ 2 ਦੀ 2 ਦੀ ਪਾਵਰ 70 ਡਿਨੋਟ ਕਰਦੀ ਇਹਨੂੰ ਬੋਲਦੇ ਜੈਬੀਬਾਈਟ ਠੀਕ ਹੈ ਇਹ ਕਿ ਸਟੋਰੇਜ ਨੂੰ ਮਾਪਣ ਵਾਸਤੇ ਯੂਨਿਟ ਬਣਾਏ ਹੋਏ ਨੇ ਸੀ ਠੀਕ ਹੈ ਸੋ ਜੈਬੀਬਾਈਟ 2 ਦੀ ਪਾਵਰ 70 ਦੇਖੋ ਐਡਾ ਵੱਡਾ ਨੰਬਰ ਬਣ ਜਾਂਦਾ ਠੀਕ ਹੈ ਇੰਨੀਆਂ ਸਾਰੀਆਂ ਬਾਈਟਸ ਨੂੰ ਜੋੜ ਕੇ ਬਣਦਾ ਜੀ ਜੈਬੀਬਾਈਟ ਤੁਸੀਂ ਯਾਦ ਕੀ ਕਰਨਾ ਜੈਬੀਬਾਈਟ ਇਸ ਇਕੁਅਲ ਟੂ ਦੀ ਪਾਵਰ 70 ਠੀਕ ਹੈ 2 ਦੀ ਪਾਵਰ 70 ਨੂੰ ਕਹਿੰਦੇ ਨੇ ਜੈਬ ਸੋ ਇਸ ਤਰ੍ਹਾਂ ਹੀ ਜੋਟਾ ਬਾਈਟ ਯੋਬੀ ਬਾਈਟ ਸੋ ਬਹੁਤ ਸਾਰੇ ਯੂਨਟਸ ਨੇ ਠੀਕ ਹੈ ਸੋ ਜਿਹੜੇ ਮੋਸਟਲੀ ਯੂਜ਼ ਹੁੰਦੇ ਨੇ KB MB GB ਐਂਡ TB ਠੀਕ ਹੈ ਹੁਣ ਜਿਹੜੇ ਮਾਰਕੀਟ ਦੇ ਵਿੱਚ ਲੈਪਟਾਪ ਸਾਰੇ ਨੇ ਉਹਨਾਂ ਦੀ ਜਿਹੜੀ ਸਟੋਰੇਜ ਹੈ TB ਦਾ ਕਰਾ ਠੀਕ ਹੈ 1 TB 2 TB ਐਸ ਤੋਂ ਬਾਅਦ ਨਹੀਂ ਠੀਕ ਹੈ ਸੋ ਪਰ ਫਿਰ ਵੀ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਠੀਕ ਹੈ ਜਿਸ ਤਰ੍ਹਾਂ ਹੁਣ ਜੈਬੀ ਬਾਈਟ ਦਿੱਤਾ ਹੈ 2 ਦੀ ਪਾਵਰ 70 ਸੋ ਨੈਕਸਟ ਦੇਖੋ ਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਜੀ ਵਿਚ ਆਫ ਦਾ ਫੋਲੋਇੰਗ ਵਾਸ ਯੂਜ਼ਡ ਇਨ ਪ੍ਰੋਗਰਾਮਿੰਗ ਦਾ ਫਰਸਟ ਕੰਪਿਊਟਰਸ ਠੀਕ ਹੈ ਸੋ ਜਦੋਂ ਪਹਿਲੇ ਕੰਪਿਊਟਰ ਆਏ ਸੀ ਕਿਹੜੀ ਲੈਂਗੁਏਜ ਯੂਜ਼ ਕੀਤੀ ਗਈ ਸੀ ਆਪਾਂ ਹੁਣ ਹੀ ਦੇਖੋ ਡਿਸਕਸ ਕਰਕੇ ਜਿਹੜੇ ਪਹਿਲੇ ਜਿਹੜੇ ਕੰਪਿਊਟਰ ਆਏ ਸੀ ਕਿਹੜੀ ਲੈਂਗੁਏਜ ਯੂਜ਼ ਕੀਤੀ ਜਾਂਦੀ ਸੀ ਪ੍ਰੋਗਰਾਮਿੰਗ ਕਰਨ ਲਈ ਮਸ਼ੀਨ ਲੈਂਗੁਏਜ ਠੀਕ ਹੈ ਉਸ ਤੋਂ ਬਾਅਦ ਅਸੈਂਬਲੀ ਆਈ ਜਿਸ ਦੇ ਵਿੱਚ ਅਸੀਂ ਮਨੀਮੋਨਿਕ ਕੋਡ ਯੂਜ਼ ਕਰਦੇ ਸੀਗੇ ਉਸ ਤੋਂ ਬਾਅਦ ਇਹ ਹਾਈ ਲੈਵਲ ਲੈਂਗੁਏਜ ਜਿਹੜੀ ਬਿਲਕੁਲ ਸਿਮਿਲਰ ਹੈ ਇੰਗਲਿਸ਼ ਲੈਂਗੁਏਜ ਜਿਹਾ एग्जाम ਦੇ ਵਿੱਚ ਕੁਐਸਚਨ ਆ ਜਾਂਦਾ ਹੁੰਦਾ ਹੈ ਕਿ ਮਨੀਮੋਨਿਕ ਕੋਡਸ ਕਿਹੜੀ ਲੈਂਗੁਏਜ ਵਿੱਚ ਯੂਜ਼ ਹੁੰਦੇ ਆ ਮਨੀਮੋਨਿਕ ਯੂਜ਼ ਹੁੰਦਾ ਹੈ ਜੀ ਅਸੈਂਬਲੀ ਲੈਂਗ ਸੋ ਇਹ সিমਿਲਰ ਵਰਡ ਹੁੰਦੇ ਨੇ ਛੋਟੇ ਛੋਟੇ ਜਿਹੀ ਇੰਗਲਿਸ਼ ਦੀ ਤਰ੍ਹਾਂ ਜਿਵੇਂ ਕਿ ਐਡ ਐਡ ਮੀਨਸ ਐਡੀਸ਼ਨ ਠੀਕ ਹੈ ਸਮ ਸਮ ਮੀਨਸ ਵੀ ਐਡੀਸ਼ਨ ਸਬਟ੍ਰੈਕਸ਼ਨ ਮਲਟੀਪਲਾਈ ਡਿਵਾਈਡ ਸੋ ਇਸ ਤਰ੍ਹਾਂ ਦੇ ਛੋਟੇ ਛੋਟੇ ਵਰਡ ਅਸੀਂ ਇੰਗਲਿਸ਼ ਦੇ ਯੂਜ਼ ਕਰਨ ਲੱਗੇ ਸੀ ਅਸੈਂਬਲੀ ਲੈਂਗੁਏਜ ਦੇ ਵਿੱਚ ਨੈਕਸਟ ਦੇਖੋ ਜੀ 32 ਬਿਟ ਆਪਰੇਸ਼ਨਸ ਵਾਰ ਇੰਟਰੋਡਿਊਸਡ ਫੋਰ ਦਾ ਫਰਸਟ ਟਾਈਮ ਬਾਈ ਮਾਈਕਰੋਸਾਫਟ ਇਨ ਡੈਸ਼ ਠੀਕ ਹੈ ਇੱਥੇ ਵਿੰਡੋਜ਼ ਦੇ ਵਰਜ਼ਨ ਦਿੱਤੇ ਹੋਏ ਨੇ ਸੋ ਜਿਹੜੇ ਸਟੂਡੈਂਟਸ ਕਾਫੀ ਟਾਈਮ ਤੋਂ ਕੰਪਿਊਟਰ ਚਲਾ ਰਹੇ ਨੇ ਸੋ ਉਹਨਾਂ ਨੇ ਕਾਫੀ ਵਿੰਡੋਜ਼ ਦੇਖੀਆਂ ਆਣਗੀਆਂ ਜਿਸ ਤਰ੍ਹਾਂ ਵਿੰਡੋ ਪਹਿਲਾਂ ਜਲਦੀ ਦੀ ਵਿੰਡੋ ਐਕਸਪੀ ਫਿਰ ਵਿੰਡੋ ਵਿਸਟਾ ਆ ਗਈ ਫਿਰ ਵਿੰਡੋ 7 ਆ ਗਈ ਵਿੰਡੋ 8 ਆ ਗਈ ਹੁਣ ਕਿਹੜੀ ਜਲਦੀ ਵਿੰਡੋ 10 ਆ ਗਈ ਇਹ ਸਾਰੇ ਵਰਜ਼ਨ ਹੈਗੇ ਨੇ ਮਾਈਕਰੋਸਾਫਟ ਕੰਪਨੀ ਦੇ ਠੀਕ ਹੈ ਮਾਈਕਰੋਸਾਫਟ ਦੇ ਜਿਹੜਾ ਅਸੀਂ ਵਿੰਡੋ ਇਹਦੇ ਵਿੱਚ ኦਪਰੇਟਿੰਗ ਸਿਸਟਮ ਯੂਜ਼ ਕਰਦੇ ਆ ਉਹਦੇ ਵਰਜ਼ਨ ਨੇਗੇ ਸੋ ਇਹ ਦੋ ਤਰ੍ਹਾਂ ਦੇ ਹੁੰਦੇ ਇੱਕ ਹੁੰਦੇ 32 ਬਿਟ ਇੱਕ ਹੁੰਦੇ ਜੀ 64 ਬਿਟ 32 ਬਿਟ ਦੇ ਵਿੱਚ ਕੀ ਤੁਹਾਡਾ ਜਿਹੜਾ ਸਾਰਾ ਕੋਈ ਵੀ ਡਾਟਾ ਸਟੋਰ ਹੋਏਗਾ 32 ਔਰ 64 ਬਿਟ ਦੇ ਵਿੱਚ ਕੀ ਸਾਰਾ ਜਿਹੜਾ ਤੁਹਾਡਾ ਡਾਟਾ 64 ਬਿਟ ਦੇ ਵਿੱਚ ਠੀਕ ਹੈ ਇਹ ਕੰਪਿਊਟਰ ਇੰਟਰਨਲ ਹੀ ਕੰਮ ਕਰਦਾ ਹੈ ਅਗਰ ਦੋਨੋਂ ਨੂੰ ਤੁਸੀਂ ਚਲਾ ਕੇ ਦੇਖੋਗੇ ਚਲਾਨ ਚ ਬਿਲਕੁਲ ਸਿਮਿਲਰ ਹੋਣਗੇ ਠੀਕ ਹੈ ਪਰ ਦੋਨਾਂ ਦੇ ਜਿਹੜੇ ਸੌਫਟਵੇਅਰ ਨੇ ਅਲੱਗ-ਅਲੱਗ ਨੇ ਅਗਰ ਤੁਹਾਡਾ ઓਪਰੇਟਿੰਗ ਸਿਸਟਮ 64 ਬਿਟ ਦਾ ਤਾਂ ਤੁਹਾਨੂੰ ਹਰੇਕ ਸੌਫਟਵੇਅਰ 64 ਬਿਟ ਦਾ ਇੰਸਟਾਲ ਕਰਨਾ ਪਵੇਗਾ ਅਗਰ 32 ਬਿਟ ਦਾ ਤਾਂ ਤੁਹਾਨੂੰ ਕੀ ਹਰੇਕ ਜਿਹੜਾ ਸੌਫਟਵੇਅਰ 32 ਬਿਟ ਦਾ ਹੀ ਇੰਸਟਾਲ ਕਰਨਾ ਚਾਹੀਦਾ ਠੀਕ ਹੈ ਜੀ ਸੋ ਜਿਹੜੇ 32 ਬਿਟ ਦੇ ਆਪਰੇਸ਼ਨ ਆਏ ਸੀ ਪਹਿਲੀ ਵਾਰ ਜਦੋਂ ਆਏ ਨੇ ਇੰਟਰੋਡਿਊਸ ਕਰੇ ਨੇ ਮਾਈਕਰੋਸਾਫਟ ਨੇ ਕਿਹੜੇ ਵਰਜਨ ਦੇ ਵਿੱਚ ਕਰੇ ਸੀ 3.11 ਠੀਕ ਹੈ ਵਿੰਡੋ 3.11 ਇਹ ਸਾਫਟਵੇਅਰ ਆਇਆ ਸੀਗਾ ኦਪਰੇਟਿੰਗ ਸਿਸਟਮ ਸੀਗਾ ਉਹਦੇ ਵਿੱਚ ਆਇਆ ਸੀ 32 ਬਿਟ ਦਾ ਆਪਰੇਸ਼ਨ ਠੀਕ ਹੈ ਜੀ ਸੋ ਨੈਕਸਟ ਕੁਐਸਚਨ ਦੇਖੋ ਹਾਈਬ੍ਰਿਡ ਕੰਪਿਊਟਰ ਇਜ਼ ਵਨ ਆਫ ਵਿੱਚ ਐਗਜ਼ੀਕਿਊਟ ਦਾ ਫੀਚਰ ਆਫ ਡੈਸ਼ ਠੀਕ ਹੈ ਹਾਈਬ੍ਰਿਡ ਕੰਪਿਊਟਰ ਕਿੰਨੇ ਹੁੰਦੇ ਨੇ ਪਹਿਲਾਂ ਤੁਹਾਨੂੰ ਦੱਸਦਾ ਜੀ ਕੰਪਿਊਟਰ ਦੋ ਤਰ੍ਹਾਂ ਦੇ ਹੁੰਦੇ ਇੱਕ ਹੁੰਦੇ ਜੀ ਡਿਜੀਟਲ ਕੰਪਿਊਟਰਸ ਇੱਕ ਹੁੰਦੇ ਐਨਲੌਗ ਕੰਪਿਊਟਰਸ ਡਿਜੀਟਲ ਕੰਪਿਊਟਰ ਹੁੰਦੇ ਆ ਜਿਹੜੇ ਕਿ ਆਪਾਂ ਯੂਜ਼ ਕਰਦੇ ਆ ਠੀਕ ਹੈ ਜਿਸ ਦੇ ਵਿੱਚ ਕੀ ਸਾਰਾ ਫਾਰਮ 0 1 ਦੇ ਵਿੱਚ ਹੋਗੀ ਠੀਕ ਹੈ ਸੋ ਇਹ ਸਾਰੇ ਸਾਡੇ ਡਿਜੀਟਲ ਕੰਪਿਊਟਰ ਹੁੰਦੇ ਆ ਠੀਕ ਹੈ ਜਿਹੜੇ ਕਿ ਐਕੂਰੇਟ ਸਾਨੂੰ ਡਾਟਾ ਦਿੰਦੇ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਸਪੋਜ਼ ਕਰ ਲਓ ਕੋਈ ਸਕਰੀਨ ਦਿੱਤੀ ਹੋਈ ਆ ਠੀਕ ਹੈ ਜਿਸ ਦੇ ਉੱਪਰ ਕਿ ਤੁਹਾਨੂੰ ਕੋਈ ਇਨਫੋਰਮੇਸ਼ਨ ਆ ਰਹੀ ਹੈ ਜਿਸ ਤਰ੍ਹਾਂ ਮਾਈਕਰੋਬਨ ਦੇਖਦੇ ਸੀ ਮਾਈਕਰੋਬਨ ਦੇਖਦੇ ਨਾ ਜਰਾਏ ਸੋ ਉਹ ਵੀ ਇੱਕ ਤਰ੍ਹਾਂ ਦੇ ਇਲੈਕਟ੍ਰੋਨਿਕਸ ਪਾਰਟਸ ਹੀ ਨੇ ਠੀਕ ਹੈ ਉਹਨਾਂ ਦੇ ਵਿੱਚ ਵੀ CPU ਲੱਗਾਂ ਦਾ ਛੋਟਾ ਜਿਹਾ ਸੋ ਉਹਦੇ ਉੱਪਰ ਸਾਰੀ ਡਿਸਪਲੇ ਆ ਜੇ ਤੁਸੀ ਟੈਂਪਰੇਚਰ ਸੈੱਟ ਕਰਦੇ ਹੋ ਜਾਂ ਕੋਈ ਟਾਈਮਰ ਲਗਾਉਣਾ ਹੋਰ ਇੱਕ ਇੱਕ ਕੰਪਿਊਟਰ ਨੇ ਐਨਾਲਾਗ ਕੰਪਿਊਟਰ ਜਿਸ ਦੇ ਵਿੱਚ ਕੀ ਐਨਾਲਾਗ ਦੀ ਵੇਵ ਚੱਲਦੀ ਹੁੰਦੀ ਹੈ ਜਿਸ ਤਰ੍ਹਾਂ ਵੇਵ ਚੱਲਦੀ ਹੈ ਨਾ ਸੋ ਜਿਹੜੀ ਵੇਵ ਫਾਰਮ ਦੇ ਵਿੱਚ ਸ਼ੋ ਕਰਦੇ ਆ ਉਹ ਹੁੰਦੇ ਐਨਾਲਾਗ ਕੰਪਿਊਟਰ ਹਸਪੀਟਲ ਦੇ ਵਿੱਚ ਦੇਖਿਆ ਹੁੰਦਾ ਜਿੱਥੇ ਕੀ ਹਾਰਟ ਬੀਟ ਚੈੱਕ ਕਰਦੇ ਆ ਠੀਕ ਹੈ ਹਾਰਟ ਬੀਟ ਦੇਖੋ ਪੂਰੀ ਇੱਕ ਵੇਵ ਜੀ ਮੰਨ ਲੈਂਦੇ ਆ ਠੀਕ ਹੈ ਸੋ ਐਕਸਟਰਾ ਕਰਦੇ ਨੇ ਜਦੋਂ ਹਾਰਟ ਬੀਟ ਦਾ ਉਸੋ ਵੇਵ ਜੀ ਉਹ ਜਿਹੜਾ ਕੰਪਿਊਟਰ ਕਰਦਾ ਉਹ ਉਸ ਨੂੰ ਬੋਲਦੇ ਐਨਾਲਾਗ ਕੰਪਿਊਟਰ ਠੀਕ ਹੈ ਉਹ ਜਿਹੜਾ ਰਿ ਔਰ ਇੱਕ ਕੰਪਿਊਟਰ ਹੁੰਦਾ ਦੋਨਾਂ ਦਾ ਕੰਬੀਨੇਸ਼ਨ ਹੁੰਦਾ ਠੀਕ ਹੈ ਦੋਨਾਂ ਨੂੰ ਮਿਲਾ ਕੇ ਜਿਹੜਾ ਕੰਪਿਊਟਰ ਬਣਦਾ ਉਹਨੂੰ ਬੋਲਦੇ ਹੈ ਹਾਈਬ੍ਰਿਡ ਠੀਕ ਹੈ ਜਿਹੜਾ ਦੋ ਚੀਜ਼ਾਂ ਨੂੰ ਮਿਲਾ ਕੇ ਬਣਾਉਂਦਾ ਉਹਨੂੰ ਬੋਲਦੇ ਹਾਈਬ੍ਰਿਡ ਹਾਈਬ੍ਰਿਡ ਕੰਪਿਊਟਰ ਕੀ ਹੈ ਇਟ ਇਜ਼ ਅ ਕੰਬੀਨੇਸ਼ਨ ਆਫ ਐਨਲੋਗ ਕੰਪਿਊਟਰ ਐਂਡ ਡਿਜੀਟਲ ਕੰਪਿਊਟਰ ਠੀਕ ਹੈ ਸੋ ਸਾਡਾ ਆਨਸਰ ਆ ਜਾਏਗਾ ਜੀ ਬੋਥ ਐਨਲੋਗ ਐਂਡ ਡਿਜੀਟਲ ਕੰਪਿਊਟਰ ਨੈਕਸਟ ਕੁਐਸਚਨ ਦੇਖੋ ਜੀ ਨੈਕਸਟ ਕੁਐਸਚਨ ਹੈਗਾ ਵਿਚ ਅਮੰਗ ਦਾ ਫੋਲੋਇੰਗ ਇਜ਼ ਦਾ ਟਾਈਮ ਪੀਰੀਅਡ ਡਿਊਰਿੰਗ ਕਹਿੰਦੇ ਉਸ ਟਾਈਮ ਪੀਰੀਅਡ ਨੂੰ ਤੁਸੀਂ ਦੱਸਣਾ ਹੈ ਕੀ ਕਹਿੰਦੇ ਨੇ ਜਦੋਂ ਤੁਹਾਡਾ ਕੰਪਿਊਟਰ ਮਾਲ ਫੰਕਸ਼ਨਿੰਗ ਕਰਦਾ ਮਾਲ ਫੰਕਸ਼ਨਿੰਗ ਕੀ ਕਹਿੰਦਾ ਮਤਲਬ ਸਹੀ ਕੰਮ ਨਹੀਂ ਕਰ ਰਿਹਾ ਸਹੀ ਕੰਮ ਦਾ ਮਤਲਬ ਤੁਸੀਂ ਕਲਿੱਕ ਕਿਸੇ ਹੋਰ ਤੇ ਕਰਦੇ ਕੋਈ ਹੋਰ ਚੀਜ਼ ਓਪਨ ਹੋ ਗਈ ਜਿਵੇਂ ਕਹਿੰਦੇ ਨੇ ਆਪਾਂ ਕੰਪਿਊਟਰ ਹੈਂਗ ਹੋ ਗਿਆ ਉਸ ਚੀਜ਼ ਨੂੰ ਬੋਲਦੇ ਮਾਲ ਫੰਕਸ਼ਨਿੰਗ ਠੀਕ ਹੈ ਕਿ ਉਸ ਟਾਈਮ ਤੇ ਤੁਹਾਡਾ ኦਪਰੇਟਿੰਗ ਸਿਸਟਮ ਸਹੀ ਕੰਮ ਨਹੀਂ ਕਰ ਰਿਹਾ ਨਾ ਮਸ਼ੀਨ ਫੇਲ्युअर ਹੋ ਚੁੱਕੀ ਨੇ ਉਸ ਚੀਜ਼ ਨੂੰ ਕਹਿੰਦੇ ਜੀ ਡਾਊਨ ਟਾਈਮ ਕੀ ਕਹਿੰਦੇ ਜੀ ਡਾਊਨ ਟਾਈਮ ਜਿਸ ਤਰ੍ਹਾਂ ਤੁਸੀਂ ਦੇਖਾਗਾ ਪੰਜਾਬ ਪਟਵਾਰੀ ਦਾ ਐਗਜ਼ਾਮ ਫਿਲ ਕਰ ਰਹ ਸੋ ਵੈਬਸਾਈਟ ਖੁੱਲ ਨਹੀਂ ਰਹੀ ਸੀ ਪਹਿਲੇ ਦਿਨ ਸੋ ਉਸ ਟਾਈਮ ਦੇ ਉੱਪਰ ਸਰਵਰ ਕੀ ਸੀਗਾ ਡਾਊਨ ਸੀਗਾ ਉਹ ਉਸ ਦਾ ਡਾਊਨ ਟਾਈਮ ਚੱਲ ਰਿਹਾ ਕਿ ਉਸ ਨੂੰ ਚਲਾ ਨਹੀਂ ਪਾ ਰਹੇ ਸੀ ਉਹ ਮਾਲ ਫੰਕਸ਼ਨਿੰਗ ਕਰ ਰਿਹਾ ਸੀਗਾ ਔਰ ਜਿਸ ਤਰ੍ਹਾਂ ਤੁਸੀਂ ਕਈ ਵਾਰੀ ਏਟੀਐਮ ਦੇ ਪੈਸੇ ਕਢਾਣ ਜਾਂਦੇ ਹੋ ਉਹ ਵੀ ਕਈ ਵਾਰੀ ਮਸ਼ੀਨ ਕੰਮ ਨਹੀਂ ਕਰ ਰਹੀ ਹੁੰਦੀ ਠੀਕ ਹੈ ਉੱਥੇ ਆਊਟ ਆਫ ਸਰਵਿਸ ਵੀ ਲਿਖਿਆ ਹੁੰਦਾ ਇਟ ਮੀਨਸ ਉਹਦਾ ਡਾਊਨ ਟਾਈਮ ਚੱਲ ਰਿਹਾ ਹੈ ਮਾਲ ਫੰਕਸ਼ਨਿੰਗ ਕਰ ਰਹੀ ਹੈ ਕਿ ਕਲਿੱਕ ਤੇ ਹੋਰ ਕਰਦੇ ਆਂ ਕੁਝ ਹੋ ਰਿਹਾ ਓਪਨ ਹੋ ਜਾਂਦਾ ਹੈ ਹੈਂਗ ਹੋ ਜਾਂਦੀ ਹੈ ਠੀਕ ਹੈ ਮੋਬਾਈਲ ਵੀ ਹੁੰਦੇ ਆ ਅਗਰ ਆਪਾਂ ਸਸਤੇ ਜੇ ਲ ਉਹ ਕਈ ਸਟੂਡੈਂਟਸ ਆਪਲ ਉੱਪਰ ਦੇ ਚਲਾਉਂਦੇ ਆ ਉਹਨਾਂ ਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਹੁੰਦਾ ਮਾਲ ਫੰਕਸ਼ਨਿੰਗ ਕੀ ਹੁੰਦੀ ਹੈ ਠੀਕ ਹੈ ਸੋ ਐਮ ਆਈ ਦੇ ਯੂਜ਼ਰ ਨੂੰ ਪਤਾ ਹੋ ਜਾਂਦਾ ਠੀਕ ਹੈ ਸੋ ਮੈਂ ਵੀ ਐਮ ਆਈ ਯੂਜ਼ ਕਰਦਾ ਮੈਨੂੰ ਅੱਛੀ ਤਰ੍ਹਾਂ ਪਤਾ ਕਿ ਮਾਲ ਫੰਕਸ਼ਨਿੰਗ ਕੀ ਹੁੰਦੀ ਹੈ ਠੀਕ ਹੈ ਜੀ ਸੋ ਦੇਖਦੇ ਆ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈਗਾ ਜੀ ਵਾਟ ਡੂ ਵੀ ਕਾਲ ਅ ਸਟੋਰੇਜ ਡਿਵਾਈਸ ਵੇਅਰ ਅ ਐਕਸੈਸ ਟਾਈਮ ਇਜ਼ ਅਫੈਕਟਲੀ ਇੰਡੀਪੈਂਡੈਂਟ ਟੂ ਦਾ ਲੋਕੇਸ਼ਨ ਆਫ ਦਾ ਡਾਟਾ ਠੀਕ ਹੈ ਕੰਦੇ ਸਟੋਰੇਜ ਡਿਵਾਈਸ ਹੁੰਦਾ ਜਿਹੜਾ ਠੀਕ ਹੈ ਉਸ ਦੇ ਵਿੱਚ ਕੀ ਐਕਸੈਸ ਟਾਈਮ ਇਜ਼ ਇਫੈਕਟਿਵਲੀ ਇੰਡੀਪੈਂਡੈਂਟ ਕੀ ਜਿਹੜਾ ਐਕਸੈਸ ਟਾਈਮ ਹੈ ਇੰਡੀਪੈਂਡੈਂਟ ਹੁੰਦਾ ਟੂ ਦਾ ਲੋਕੇਸ਼ਨ ਆਫ ਡਾਟਾ ਕੀ ਡਾਟਾ ਤੁਹਾਡਾ ਕਿਤੇ ਵੀ ਪਿਆ ਐ ਐਕਸੈਸ ਟਾਈਮ ਉਹਦੇ ਉੱਪਰ ਡਿਪੈਂਡੈਂਟ ਹੀ ਨਹੀਂ ਹੈਗਾ ਠੀਕ ਹੈ ਸੋ ਇੱਥੇ ਕੀ ਦੇਖੋ ਕਿਹੜੇ ਕਿਹੜੇ ਆਪਸ਼ਨ ਦਿੱਤੇ ਹੋਏ ਨੇ ਡਾਇਰੈਕਟ ਐਕਸੈਸ ਸਟੋਰੇਜ ਡਿਵਾਈਸ ਸੈਕੰਡਰੀ ਸਟੋਰੇਜ ਡਿਵਾਈਸ ਪ੍ਰਾਇਮਰੀ ਸਟੋਰੇਜ ਔਰ ਗੇਟ ਗੇਟਵੇ ਡਿਵਾਈਸ ਠੀਕ ਹੈ ਸੋ ਪਹਿਲਾਂ ਮੈਂ ਤੁਹਾਨੂੰ ਦੱਸਦਾ ਹਾਂ ਜੀ ਇੱਕ ਤਾਂ ਹੁੰਦਾ ਜੀ ਸਿਕੁਐਂਸ਼ੁਅਲ ਅਕਸੈਸ ਸਟੋਰੇਜ ਡਿਵਾਈਸ ਇੱਕ ਹੁੰਦਾ ਡਾਇਰੈਕਟ ਅਕਸੈਸ ਸਟੋਰੇਜ ਡਿਵਾਈਸ ਜਿਹੜਾ ਸਿਕੁਐਂਸ਼ੁਅਲ ਹੁੰਦਾ ਉਹ ਉਸ ਦੇ ਵਿੱਚ ਕੀ ਹੈ ਸੀਰੀਜ਼ ਦੇ ਵਿੱਚ ਦਿੱਤਾ ਦਾ ਕੋ ਡਾਟਾ 1 ਨੰਬਰ 2 ਨੰਬਰ 3 ਨੰਬਰ 4 ਨੰਬਰ ਠੀਕ ਹੈ ਸਪੋਜ਼ ਕਰ ਲਓ ਤੁਸੀਂ 97 ਤੇ ਜਾਣਾ ਹੈ ਠੀਕ ਹੈ 97 ਨੰਬਰ ਤੇ ਕੋ ਡਾਟਾ ਹੈ ਤਾਂ ਤੁਹਾਨੂੰ ਸੀਰੀਅਲ ਵਾਈਜ਼ ਹੀ ਜਾਣਾ ਪਏਗਾ ਉਸ ਨੂੰ ਬੋਲਦੇ ਸਿਕੁਐਂਸ਼ੁਅਲ ਅਕਸੈਸ ਸਟੋਰੇਜ ਡਿਵਾਈਸ ਪਰ ਕੀ ਹੈ ਅੱਪਾ ਜੇ ਇਸ ਤਰ੍ਹਾਂ ਕੰਮ ਕਰਨ ਲੱਗੇ ਤਾਂ ਬਹੁਤ ਜ਼ਿਆਦਾ ਸਲੋ ਹੋ ਜਾਏਗਾ ਸਾਨੂੰ ਕੰਪਿਊਟਰ ਚ ਚਲਾਉਣਾ ਬਿਲਕੁਲ ਵਧੀਆ ਨਹੀਂ ਲੱਗੇਗਾ ਸੋ ਅਸੀਂ ਯੂਜ਼ ਕਰਦੇ ਹਾਂ ਡਾਇਰੈਕਟ ਐਕਸੈਸ ਸਟੋਰੇਜ ਡਿਵਾਈਸ ਠੀਕ ਹੈ ਐਸ ਦੇ ਵਿੱਚ ਕੀ ਹੈਗਾ ਤੁਹਾਨੂੰ 97 ਡਾਟਾ ਤੇ ਜਾਣਾ ਹੈ ਤਾਂ ਡਾਇਰੈਕਟਲੀ 97 ਤੇ ਜਾਓਗੇ ਠੀਕ ਹੈ ਲੋਕੇਸ਼ਨ ਆਫ ਡਾਟਾ ਕੀ ਹੈ ਇੰਡੀਪੈਂਡੈਂਟ ਹੈ ਐਕਸੈਸ ਟਾਈਮ ਦੇ ਉੱਤੇ ਕਿ ਕੋਈ ਟਾਈਮ ਤੇ ਫਰਕ ਨਹੀਂ ਪੈਂਦਾ ਠੀਕ ਹੈ 97 ਤੇ ਜਾਣਾ ਤਾਂ ਵੀ ਐਕਸੈਸ ਟਾਈਮ ਉਹਨਾਂ ਲੱਗੇਗਾ ਅਗਰ 95 ਤੇ ਜਾਣਾ ਤਾਂ ਵੀ ਅਗਰ 45 ਤੇ ਜਾਣਾ ਤਾਂ ਵੀ ਠੀਕ ਹੈ ਐਕਸੈਸ ਟਾਈਮ ਕਿ ਹੋ ਗਿਆ ਇੰਡੀਪੈਂਡੈਂਟ ਹੋ ਗਿਆ ਟੂ ਦਾ ਲੋਕੇਸ਼ਨ ਆਫ ਡਾਟਾ ਸੋ ਸਾਡਾ ਆਨਸਰ ਹੋ ਜਾਏਗਾ ਡਾਇਰੈਕਟ ਐਕਸੈਸ ਸਟੋਰੇਜ ਡਿਵਾਈਸ ਸੋ ਨੈਕਸਟ ਕੁਐਸਚਨ ਦੇਖੋ ਜੀ ਕਹਿੰਦਾ ਵਿਚ ਆਫ ਦਾ ਫੋਲੋਇੰਗ ਇਸ ਨੋਟ ਅ ਸਰਚ ਇੰਜਨ ਸਰਚ ਇੰਜਨ ਕੀ ਹੁੰਦਾ ਗੂਗਲ ਦੇਖੋ ਸਾਰਿਆਂ ਨੂੰ ਪਤਾ ਹੈ ਗੂਗਲ ਦੇ ਉੱਪਰ ਹਰ ਇੱਕ ਚੀਜ਼ ਜੇ ਅਸੀਂ ਸਰਚ ਕਰਦੇ ਹਾਂ ਗੂਗਲ ਨੂੰ ਬੋਲਦੇ ਜੀ ਸਰਚ ਇੰਜਨ ਠੀਕ ਹੈ ਇਸ ਦੇ ਉੱਪਰ ਤੁਸੀਂ ਕੋਈ ਵੀ ਇਨਫੋਰਮੇਸ਼ਨ ਸਰਚ ਕਰੋ ਇੰਟਰਨੈਟ ਦੇ ਉੱਤੇ ਜਿਹੜੀ ਵੀ ਇਨਫੋਰਮੇਸ਼ਨ ਪਈ ਹੈ ਕੋਈ ਵੈਬਸਾਈਟ ਆ ਤੁਹਾਨੂੰ ਮਿੰਟ ਚ ਖੋਲ ਕੇ ਦੱਸ ਦੇਗਾ ਠੀਕ ਹੈ ਸੋ ਕੁਛ ਮਰਜ਼ੀ ਸਰਚ ਮਾਰ ਲਓ ਪੰਜਾਬ ਪਟਵਾਰੀ ਪ੍ਰੀਵੀਅਸ ਇਗਜ਼ਾਮ ਮਿੰਟਾਂ ਚ ਆ ਜਾਣਗੀਆਂ ਵੈਬਸਾਈਟ ਹੈ ਠੀਕ ਹੈ YouTube ਦੇ ਉੱਪਰ ਸਰਚ ਮਾਰ ਲਓ GK ਫੈਨਸ YouTube ਚੈਨਲ ਠੀਕ ਹੈ ਸਾਡਾ ਚੈਨਲ ਆ ਜਾਏਗਾ ਸਾਡੀਆਂ ਵੀਡੀਓਜ਼ ਆ ਜਾਣਗੀਆਂ ਸੋ ਜਿਹੜਾ Google kia Google kia search engine ਹੈ ਠੀਕ ਹੈ ਇਹ ਤੁਹਾਨੂੰ ਸਰਚ ਕਰਕੇ ਦੱਸਦਾ ਹੈ Google ਬਾਰੇ ਤੁਹਾਨੂੰ ਪਤਾ ਹੈ ਬਾਕੀ ਜਿਹੜੇ ਕੋਈ ਹੋਰ ਵੀ ਹੈਗੇ ਨੇ ਸਰਚ ਇੰਜਨ ਦਾ ਬਹੁਤ ਨੇ ਪਰ ਫੇਮਸ ਸਾਰੇ ਨਾਲ ਇਹੀ ਹੈ ਠੀਕ ਹੈ ਸੋ ਇੱਕ ਹੈਗਾ ਜੀ ਯਾਹੂ ਯਾਹੂ ਵੀ ਸਰਚ ਇੰਜਨ ਹੈ ਠੀਕ ਹੈ ਯਾਹੂ ਦੀ ਮੇਲ ਵੀ ਆਉਂਦੀ ਹੈ ਜਿਸ ਤਰ੍ਹਾਂ ਜੀਮੇਲ ਜੀਮੇਲ ਹੈ ਜਿਸ ਤਰ੍ਹਾਂ ਅਸੀਂ ਯੂਜ਼ ਕਰਦੇ ਹਾਂ ਯਾਹੂ ਦੀ ਮੇਲ ਵੀ ਆਉਂਦੀ ਹੈ ਔਰ ਯਾਹੂ ਦਾ ਸਰਚ ਇੰਜਨ ਵੀ ਹੈ ਠੀਕ ਹੈ ਪਰ ਸਭ ਤੋਂ ਵੱਧ ਜਿਹੜਾ ਫੇਮਸ ਹੈ ਪੂਰੇ ਵਰਲਡ ਦੇ ਵਿੱਚ ਗੂਗਲ ਹੈ ਇੱਕ ਹੈਗਾ ਜੀ ਬੈਦੂ ਬੈਦੂ ਵੀ ਕੀ ਹੈ ਸਰਚ ਇੰਜਨ ਹੈ ਪਰ ਜਿਹੜਾ ਸੀ ਆਪਸ਼ਨ ਦਿੱਤੀ ਹੋਇਆ ਵਾਲਫ੍ਰੇਮ ਅਲਫਾ ਸੋ ਇਹ ਸਰਚ ਇੰਜਨ ਨਹੀਂ ਹੈਗਾ ਠੀਕ ਹੈ ਸੋ ਇਹ ਅਗਰ ਤੁਹਾਨੂੰ ਪਤਾ ਹੁੰਦਾ ਕਿ ਬੈਦੂ ਜਾਂ ਯਾਹੂ ਬਾਰੇ ਫੇਰ ਵੀ ਤੁਸੀਂ ਇਹ ਕੁਐਸਚਨ ਕਰੈਕਟ ਕਰ ਸਕਦੇ ਸੋ ਗੂਗਲ ਬੈਡੂ ਯਾਹੂ ਇਤਨੇ ਗਿਨੇ ਸਰਚ ਇੰਜਨ ਠੀਕ ਹੈ ਯਾਦ ਰੱਖਿਓ ਸੋ ਦੇ ਦੇ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈਗਾ ਜੀ ਵਿਚ ਅਮੰਗ ਦਾ ਫੋਲੋਇੰਗ ਇਜ਼ ਦਾ ਅਸੈਂਸ਼ੀਅਲ ਕੈਰੈਕਟਰ ਆਫ ਏਡੀਐਸਐਲ ਇੰਟਰਨੈਟ ਕਨੈਕਸ਼ਨ ਠੀਕ ਹੈ ਸੋ ਇੱਕ ਕੈਟਾਗਰੀ ਹੁੰਦੀ ਹੈ ਜੀ ਏਡੀਐਸਐਲ ਇੰਟਰਨੈਟ ਕਨੈਕਸ਼ਨ ਸੋ ਐਸ ਹੀ ਕੈਰੈਕਟਿਸਟਿਕ ਕੀ ਹੁੰਦੀ ਹੈ ਮੇਨ ਇਹਦੀ ਹੁੰਦੀ ਹੈ ਜੀ ਹਾਈ ਅਪਲੋਡ ਰੇਟ ਔਰ ਲੋ ਡਾਊਨਲੋਡ ਰੇਟ ਠੀਕ ਹੈ ਇਸ ਦੇ ਵਿੱਚ ਕੀ ਅਗਰ ਤੁਸੀਂ ਕੋਈ ਚੀਜ਼ ਅਪਲੋਡ ਕਰਨੀ ਹੈ ਤਾਂ ਹਾਈ ਰੇਟ ਰਹੇਗਾ ਅਗਰ ਕੋਈ ਚੀਜ਼ ਡਾਊਨਲੋਡ ਕਰਨੀ ਹੈ ਤਾਂ ਲੋਅ ਰੇਟ ਰਹੇਗਾ ਮੀਨਸ ਸਪੀਡ ਸਲੋ ਰਹੇਗੀ ਅਗਰ ਅਪਲੋਡ ਕਰਨੀ ਹੈ ਤਾਂ ਵੈਰੀ ਫਾਸਟ ਜਿਵੇਂ ਕਿ ਮੈਂ ਤੁਹਾਡੇ ਲਈ ਕਿ ਕੋਈ ਵੀਡੀਓ YouTube ਦੇ ਉੱਪਰ ਕੀ ਹੈ ਮੈਂ ਕੀ ਕਰਦਾ ਨਾ ਅਪਲੋਡ ਕਰ ਦਾਨਾ ਅਗਰ ਤੁਸੀਂ ਕੀ ਹੈ ਉਸ ਚੀਜ਼ ਨੂੰ ਅਗਰ ਕੀ ਆਪਦੇ ਕੰਪਿਊਟਰ ਦੇ ਵਿੱਚ ਸੇਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰਦੇ ਹੋ ਉਸ ਚੀਜ਼ ਨੂੰ ਡਾਊਨਲੋਡ ਠੀਕ ਹੈ ਜੀ ਸੋ ਜਿਹਦੇ ਵਿੱਚ ਕੀ ਹਾਈ ਅਪਲੋਡ ਰੇਟ ਹੈ ਔਰ ਲੋ ਡਾਊਨਲੋਡ ਰੇਟ ਹੈ ਉਸ ਟੈਕਨੋਲੋਜੀ ਨੂੰ ਅਸੀਂ ਕਹਿੰਦੇ ਨੇ ਏਡੀਐਸਐਲ ਇੰਟਰਨੈਟ ਕਨੈਕਸ਼ਨ ਏਡੀਐਸਐਲ ਦੀ ਫੁੱਲ ਫਾਰਮ ਦੇਖ ਲਓ ਜੀ ਫੁੱਲ ਫਾਰਮ ਹੁੰਦੀ ਹੈ ਅਸਮੈਟ੍ਰਿਕ ਡਿਜੀਟਲ ਸਬਸਕ੍ਰਾਈਬਰ ਲਾਈਨ ਠੀਕ ਹੈ ਕਈ ਵਾਰ ਇਕੱਲੇ ਡੀਐਸਐਲ ਦੀ ਫੁੱਲ ਫਾਰਮ ਵੀ ਪੁੱਛ ਲੈਂਦੇ ਆ ਡੀਐਸਐਲ ਦੀ ਫੁੱਲ ਫਾਰਮ ਹੋਗੀ ਡਿਜੀਟਲ ਸਬਸਕ੍ਰਾਈਬਰ ਲਾਈਨ ਅਗਰ ਅੱਗੇ ਏ ਲੱਗਾ ਹੋਇਆ ਅਸਮੈਟ੍ਰਿਕ ਡਿਜੀਟਲ ਸਬਸਕ੍ਰਾਈਬਰ ਲਾਈਨ ਸੋ ਦੇਖਦੇ ਨੇ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈਗਾ ਜੀ which among the following is used for donating the detectable movement of computer mouse ਠੀਕ ਹੈ so ਅਗਰ ਕੀ ਹੈ ਤੁਸੀਂ ਕੰਪਿਊਟਰ ਦੇ ਮਾਊਸ ਦੀ ਜਿਹੜੀ ਮੂਵਮੈਂਟ ਹੁੰਦੀ ਹੈ ਠੀਕ ਹੈ ਜਿਹੜਾ ਮੂਵਮੈਂਟ ਕਰਦਾ ਉਹ ਉਸ ਦੀ ਸਪੀਡ ਨੂੰ ਮੈਜ਼ਰ ਕਰਨਾ ਹੋਵੇ ਕਿਹੜਾ ਯੂਨਿਟ ਅਸੀਂ ਯੂਜ਼ ਕਰਦੇ ਹਾਂ so ਉਸ ਨੂੰ ਬੋਲਦੇ ਜੀ ਮਿੱਕੀ ਠੀਕ ਹੈ ਮਿੱਕੀ ਕੀ ਇੱਕ ਯੂਨਿਟ ਹੁੰਦਾ ਹੈ ਅਗਰ ਤੁਸੀਂ ਕੀ ਹੈ ਕੰਪਿਊਟਰ ਦੇ ਮਾਊਸ ਦੀ ਮੂਵਮੈਂਟ ਨੂੰ ਕੀ ਹੈ ਮੈਜ਼ਰ ਕਰਨਾ ਹੋਵੇ ਠੀਕ ਹੈ ਇੱਕ ਕੀ ਯੂਨਿਟ ਹੈ ਉਸ ਨੂੰ ਮਾਪਣ ਦਾ ਇਸ ਤਰ੍ਹਾਂ ਦੁੱਧ ਨੂੰ ਮਾਪਨ ਲਈ ਕਿ ਅਸੀਂ ਲੀਟਰ ਯੂਜ਼ ਕਰਦੇ ਆਂ ਜਾਂ ਪੈਟਰੋਲ ਨੂੰ ਮਾਪਨ ਲਈ ਲੀਟਰ ਅਗਰ ਕਿ ਇਹ ਕਣਕ ਵਗੈਰਾ ਤਾਂ ਅਸੀਂ ਇਹਨੂੰ ਕਿਲੋਗ੍ਰਾਮਾਂ ਦੇ ਵਿੱਚ ਮਾਪਦੇ ਆਂ ਸਪੀਡ ਆ ਤਾਂ ਅਸੀਂ ਉਹਨੂੰ ਕਿਲੋਮੀਟਰ ਪਾਵਰ ਪਰ ਆਵਰਸ ਸੋ ਇਸ ਤਰ੍ਹਾਂ ਹੀ ਅਗਰ ਕੰਪਿਊਟਰ ਦੇ ਮਾਊਸ ਦੀ ਜਿਹੜੀ ਸਪੀਡ ਨੂੰ ਅਸੀਂ ਮੈਜ਼ਰ ਕਰਨਾ ਹੈ ਤਾਂ ਯੂਨਿਟ ਹੈਗਾ ਜੀ ਮਿੱਕੀ ਸੋ ਦੇਖੋ ਨੈਕਸਟ ਕੁਐਸਚਨ which of the following devices use the computer as control system for functioning ਠੀਕ ਹੈ ਸੋ ਕਹਿੰਦੇ ਕਿਹੜੇ-ਕਿਹੜੇ ਡਿਵਾਈਸਸ ਨੇ ਜਿਨ੍ਹਾਂ ਦੇ ਵਿੱਚ ਅਸੀਂ ਕੰਪਿਊਟਰ ਯੂਜ਼ ਕਰਦੇ ਆਂ ਐਜ਼ ਅ ਕੰਟਰੋਲ ਸਿਸਟਮ ਇੰਡਸਟਰੀਅਲ ਰੋਬੋਟ ਅਗਰ ਰੋਬੋਟ ਚੱਲਦੇ ਆ ਉਹਦੇ ਵਿੱਚ ਕੰਪਿਊਟਰ ਯੂਜ਼ ਹੁੰਦਾ ਹੈ ਰਿਮੋਟ ਕੰਟਰੋਲਸ ਠੀਕ ਹੈ ਸੋ ਇਹਦੇ ਵਿੱਚ ਵੀ ਕੰਪਿਊਟਰ ਵਾਲਾ ਸਿਸਟਮ ਯੂਜ਼ ਹੁੰਦਾ ਹੈ ਮਾਈਕ੍ਰੋਵੇਵ ਓਵਨਸ ਠੀਕ ਹੈ ਇਹਦੇ ਵਿੱਚ ਵੀ ਕਿ ਕੰਪਿਊਟਰ ਵਾਲਾ ਸਿਸਟਮ ਯੂਜ਼ ਹੁੰਦਾ ਹੈ ਠੀਕ ਹੈ ਜੀ ਸੋ ਇਹ ਸਾਰੀਆਂ ਚੀਜ਼ਾਂ ਕਿ ਸਾਡਾ ਆਨਸਰ ਆ ਜਾਏਗਾ ਆਲ ਆਫ ਦਾ ਬਬ ਠੀਕ ਹੈ ਸਾਰੇ ਡਿਵਾਈਸਸ ਦੇ ਵਿੱਚ ਕਿ ਕੰਪਿਊਟਰ ਦਾ ਯੂਜ਼ ਹੁੰਦਾ ਹੈ ਠੀਕ ਹੈ ਮਾਈਕ੍ਰੋਵੇਵ ਓਵਨ ਦੇ ਵਿੱਚ ਵੀ ਯੂਜ਼ ਹੁੰਦਾ ਹੈ ਈਵਨ ਜਿਹੜੀ ਤੁਸੀਂ ਵਾਸ਼ਿੰਗ ਮਸ਼ੀਨ ਖਰੀਦਦੇ ਹੋ ਆਟੋਮੈਟਿਕ ਵਾਸ਼ਿੰਗ ਮਸ਼ੀਨ ਉਹਨਾਂ ਦੇ ਵਿੱਚ ਵੀ ਕੰਪਿਊਟਰ ਸਿਸਟਮ ਵਿੱਚ ਲੱਗਿਆ ਹੈ ਠੀਕ ਹੈ ਟਾਈਮਰ ਵਗੈਰਾ ਜਿਹੜਾ ਲੱਗਿਆ ਹੁੰਦਾ ਉਹ ਸਾਰਾ ਅਗੇ ਕੰਪਿਊਟਰ ਵਾਲਾ ਸਿਸਟਮ ਹੀ ਲੱਗਿਆ ਹੁੰਦਾ ਉਹਦੇ ਵਿੱਚ ਠੀਕ ਹੈ ਜੀ ਸੋ ਜਿਹੜੇ ਰੋਬੋਟ ਹੁੰਦੇ ਉਹਨਾਂ ਦੇ ਵਿੱਚ ਵੀ ਲੱਗਿਆ ਹੁੰਦਾ ਸੋ ਨੈਕਸਟ ਦੇਖੋ ਜੀ ਨੈਕਸਟ ਕਹਰੇ ਵਿਚ ਆਫ ਦਾ ਫੋਲੋਇੰਗ ਡਿਵਾਈਸ ਕੰਪਰਾਈਜ਼ਸ ਦਾ ਆਉਟਪੁੱਟ ਯੂਨਿਟ ਕਿਹੜਾ ਡਿਵਾਈਸ ਹੈ ਇਹਨਾਂ ਦੇ ਵਿੱਚੋਂ ਆਉਟਪੁੱਟ ਯੂਨਿਟ ਕੰਟਰੋਲ ਯੂਨਿਟ ਵਿਜ਼ੂਅਲ ਡਿਸਪਲੇ ਯੂਨਿਟ ਸੈਕੰਡਰੀ ਮੈਮਰੀ ਪ੍ਰਾਇਮਰੀ ਮੈਮਰੀ ਸਾਡਾ ਆਨਸਰ ਹੋ ਜਾਏਗਾ ਜੀ ਬੀ ਨੰਬਰ ਵਿਜ਼ੂਅਲ ਡਿਸਪਲੇ ਯੂਨਿਟ ਵਿਜ਼ੂਅਲ ਡਿਸ ਜੇ ਜਿਹੜੀ ਤੁਹਾਡੇ ਕੋਲ ਕੋਈ LED ਹੈ ਜਾਂ ਕੋਈ LCD ਹੈ ਜਾਂ ਕੋਈ ਮੋਨੀਟਰ ਹੈ ਉਸ ਨੂੰ ਬੋਲਦੇ ਜੀ VDU VDU ਦੀ ਫੁੱਲ ਫਾਰਮ ਹੁੰਦੀ ਹੈ ਵਿਜ਼ੂਅਲ ਡਿਸਪਲੇ ਯੂਨਟ ਠੀਕ ਹੈ ਸੋ ਪਹਿਲਾਂ ਆਉਂਦੀ ਹੁੰਦੀ ਸੀ ਜੀ LCD LCD ਨੂੰ ਬੋਲਦੇ ਸੀ ਲਿਕੁਇਡ ਕ੍ਰਿਸਟਲ ਡਿਸਪਲੇ ਠੀਕ ਹੈ ਲਿਕੁਇਡ ਕ੍ਰਿਸਟਲ ਡਿਸਪਲੇ ਉਹਦੇ ਵਿੱਚ ਲਿਕੁਇਡ ਹੁੰਦਾ ਸੀਗਾ ਪਰ ਉਸ ਤੋਂ ਬਾਅਦ ਆ ਗਈ ਜੀ LED LED ਦਾ ਮਤਲਬ ਲਾਈਟ ਇਮਿਟਡ ਡਾਇਓਡ ਠੀਕ ਹੈ LED ਕੀ ਹੈ ਇਹ ਥੋੜੀ ਕੁਆਲਿਟੀ ਇਹਦੀ ਪਿਕਚਰ ਕੁਆਲਿਟੀ ਵਧੀਆ ਹੁੰਦੀ ਹੈ ਠੀਕ ਹੈ ਅਗਰ ਤੁਹਾਡੇ ਲੈਪਟਾਪ ਦੇ ਵਿੱਚ LED ਹੋਏਗੀ ਉਹਨੂੰ ਤੁਸੀਂ ਸਾਹਮਣੇ ਤੋਂ ਦੇਖੋਗੇ ਤਾਂ ਵੀ ਸਕਰੀਨ ਵਧੀਆ ਦਿਖੂਗੀ ਅਗਰ ਸਾਈਡ ਤੇ ਬਹਿ ਕੇ ਦੇਖੋਗੇ ਤਾਂ ਵੀ ਸਕਰੀਨ ਵਧੀਆ ਦਿਖੇਗੀ ਅਗਰ ਉਸ ਦੇ ਵਿੱਚ LCD ਬਾਈ ਹੋਵੇ ਤੁਹਾਡੇ ਲੈਪਟਾਪ ਦੇ ਤਾਂ ਸਾਹਮਣੇ ਤੁਸੀਂ ਠੀਕ ਦਿਖੇਗੀ ਅਗਰ ਸਾਈਡ ਤੋਂ ਦੇਖੋਗੇ ਬਿਲਕੁਲ ਨੇਰ ਨੇਰਾ ਜਿਹਾ ਦਿਖੇਗਾ ਠੀਕ ਹੈ ਮਤਲਬ ਕਲੈਰਟੀ ਇੰਨੀ ਜ਼ਿਆਦਾ ਵਧੀਆ ਨਹੀਂ ਆਏਗੀ ਸੋ ਆ ਪੋਲੂ ਪੋਲ ਜਿਹੜੇ ਤੁਸੀਂ ਆਈਪੈਡ ਯੂਜ਼ ਕਰਦੇ ਹੋ ਠੀਕ ਹੈ ਜਾਂ ਕੋਈ ਫੋਨ ਯੂਜ਼ ਕਰਦੇ ਉਹਨਾਂ ਵਿੱਚ LED ਆਉਂਦੀ ਹੈ ਠੀਕ ਹੈ ਸੋ ਸਾਈਡ ਤੋਂ ਦੇਖੋ ਆ ਪੂਰਾ ਵਧੀਆ ਤੁਹਾਨੂੰ ਆ ਲੋਗੋ ਦੇਖਣਗੇ ਠੀਕ ਹੈ ਸੋ ਜਿਹੜੇ ਤੁਸੀਂ ਚਲਾਨਦੇ ਹੋ ਆਈਪੜ ਚੈੱਕ ਕਰ ਲਓ ਠੀਕ ਹੈ ਸੋ ਲੈਪਟਾਪ ਬਲੂਟੂਥ ਵੀ ਖਰੀਦਣਾ ਤਾਂ LED ਵਾਲੇ ਹੀ ਖਰੀਦਿਆ ਕਰੋ ਬਸ ਤਾਂ LED ਵਾਲੇ ਆਉਂਦੇ ਨੇ ਉਹ ਠੀਕ ਹੈ ਸੋ ਇਹਦੀ ਐਫੀਸ਼ੀਐਂਸੀ ਵੀ ਜ਼ਿਆਦਾ ਹੁੰਦੀ ਹੈ ਮੈਂ ਆ ਤਾਂ ਹੁਣ ਜੀ ਪੁਰਾਣਾ ਬੈਠਾ ਆਪਣੇ ਕੋਲ ਤਾਂ ਐਲਸੀਡੀ ਵਾਲਾ ਠੀਕ ਹੈ ਬਾਵਾਂ ਸਾਲ ਹੋ ਗਏ ਲੈਪਟਾਪ ਖਰੀਦਦੇ ਨੂੰ ਔਰ ਇੱਕ ਹੋਰ ਪਹਿਚਾਨਦਾ ਐਲਸੀਡੀ ਐਲਸੀਡੀ ਨੂੰ ਥੋੜੀ ਜਿਹਾ ਥੋੜਾ ਜਿਹਾ ਦੱਬ ਕੇ ਦੇਖਿਓ ਅੰਗੂਠੇ ਨਾਲ ਜੇ ਦੱਬੂਗਾ ਨਾ ਉਸੇ ਤੋਂ ਲਿਕੁਇਡ ਮੂਵਮੈਂਟ ਕਰਦਾ ਦਿਖੇਗਾ ਠੀਕ ਹੈ ਕਿਉਂਕਿ ਉਹਦੇ ਵਿੱਚ ਲਿਕੁਇਡ ਹੁੰਦਾ ਅਗਰ ਉਸ ਦੇ ਵਿੱਚ ਕੋਈ ਤਿੱਖੀ ਚੀਜ਼ ਵੱਜ ਜੇ ਜੇ ਪ੍ਰਕਾਰ ਫਕੂਰ ਉਸ ਦੇ ਵਿੱਚੋਂ ਲਿਕੁਇਡ ਬਾਹਰ ਵੀ ਨਿਕਲ ਜਾਂਦਾ ਠੀਕ ਹੈ ਡਿਸਪਲੇ ਖਰਾਬ ਆ ਜਾਂਦੀ ਹੈ ਪਰ ਜਿਹੜੀ ਲਾਈਟ ਇਮੀਟਰ ਡਾਇਓਡ ਹੁੰਦਾ ਉਹਦੇ ਵਿੱਚ ਕਿ ਛੋਟੇ ਛੋਟੇ ਬੱਲਬਸ ਲੱਗੇ ਹੁੰਦੇ ਆ ਪਿੱਛੇ ਠੀਕ ਹੈ ਸੋ ਉਹ ਉਸ ਨੂੰ ਬ੍ਰਾਈਟ ਬ੍ਰਾਈਟ ਕਰ ਦਿਆ ਸਕਰੀਨ ਨੂੰ ਬਹੁਤ ਜ਼ਿਆਦਾ ਬ੍ਰਾਈਟ ਹੋ ਜਾਂਦੀ ਹੈ ਔਰ ਲਾਈਟ એનર્ਜੀ ਐਫੀਸ਼ੀਐਂਸੀ ਵੀ ਹੁੰਦੀ ਹੈ ਕਿ ਉਹ ਲਾਈਟ ਵੀ ਘੱਟ ਜਾਂਦੀ ਹੈ ਠੀਕ ਹੈ LED ਸੋ ਦੇਖਦੇ ਨੇ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਆ ਗਿਆ ਜੀ ਵਿਚ ਆਫ ਦਾ ਫੋਲੋਇੰਗ ਲਾਈਜ਼ ਵਿਦਿਨ ਦਾ CPU ਕਿਹੜੀਆਂ ਇੱਥੇ ਚੀਜ਼ਾਂ ਦਿੱਤੀਆਂ ਨੇ ਜਿਹੜੀ ਕਿ CPU ਦੇ ਵਿੱਚ ਹੁੰਦੀਆਂ ਨੇ ਜਿਹੜੀ CPU ਕੀ ਇੱਕ ਛੋਟੀ ਜਿਹੀ ਚਿਪ ਹੁੰਦੀ ਹੈ ਠੀਕ ਹੈ ਬਿਲਕੁਲ ਛੋਟੀ ਜਿਹੀ ਚਿਪ ਉਹੋ ਕੀ ਸਭ ਤੋਂ ਮੇਨ ਕੰਪੋਨੈਂਟ ਹੁੰਦਾ ਕੰਪਿਊਟਰ ਨੂੰ ਉਸ ਨੂੰ ਬ੍ਰੇਨ ਆਫ ਦਾ ਕੰਪਿਊਟਰ ਵੀ ਕਹਿੰਦੇ ਨੇ ਸਾਰੇ ਕੰਮ ਉਹੀ ਕਰਦਾ ਸੋ ਜਿਹੜਾ ਅਸੀਂ CPU ਦੇਖਦੇ ਆਂ ਅਸੀਂ ਇੱਕ ਵੱਡਾ ਸਾਰਾ ਡੱਬਾ ਲੱਗਦਾ ਸਾਡੇ ਕੰਪਿਊਟਰ ਦਾ ਉਹ ਉਹਨੂੰ ਅਸੀਂ ਕਹਿੰਨੇ ਕਿ CPU ਉਹਦਾ ਨਾਮ ਹੁੰਦਾ ਐਕਚੁਅਲ ਨਾਮ ਉਹਦਾ ਹੀ ਕੈਬਿਨੇਟ ਠੀਕ ਹੈ ਕੈਬਿਨੇਟ ਹੁੰਦਾ ਉਹਦੇ ਵਿੱਚ ਕੀ ਸਾਰਾ ਨਾ ਮੇਨ ਕੰਪੋਨੈਂਟ ਹੁੰਦਾ ਜਿਹੜਾ ਇੱਕ ਚਿਪ ਹੁੰਦੀ ਹੈ CPU ਹੁੰਦੀ ਹੈ ਇਸ ਕਰਕੇ ਅਸੀਂ ਪੂਰਾ ਨਾਮ ਹੀ ਉਹਨੂੰ CPU ਦੇ ਰਗੇ ਕਿ CPU ਹੈ ਉਹ ਜਿਹੜੀ ਚਿਪ ਹੁੰਦੀ ਹੈ ਉਹਦੇ ਵਿੱਚ ਕਿਹੜੇ-ਕਿਹੜੇ ਮੇਨ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇੱਥੇ ਦਿੱਤੀਆਂ ਨੇ ਸੋ ਇਹਦੇ ਵਿੱਚ ਹੁੰਦੀ ਹੈ ਪ੍ਰਾਇਮਰੀ ਮੈਮਰੀ ਠੀਕ ਹੈ ਸੋ CPU ਜਿਹੜੀ ਚਿਪ ਹੁੰਦੀ ਹੈ ਉਹਦੇ ਵਿੱਚ ਇੱਕ ਕੀ ਹੈ ਪ੍ਰਾਇਮਰੀ ਮੈਮਰੀ ਹੁੰਦੀ ਹੈ ਸੈਕੰਡਰੀ ਮੈਮਰੀ ਤਾਂ ਅਸੀਂ ਹਾਰਡ ਡਿਸਕ ਨੂੰ ਕਹਿ ਦਿੰਦੇ ਆ ਜਾਂ SSD ਨੂੰ ਕਹਿ ਦਿੰਦੇ ਆ ਇਹ ਤਾਂ ਬਾਹਰ ਹੁੰਦੀ ਹੈ ਜੀ ਮਾਊਸ ਵੀ ਬਾਹਰ ਹੁੰਦਾ ਕੀਬੋਰਡ ਵੀ ਬਾਹਰੇ ਹੁੰਦਾ ਠੀਕ ਹੈ ਸੋ ਇਹਦੇ ਆਪ অপਸ਼ਨ ਦੇਖਾਂਗੇ ਤਾਂ ਸਾਡਾ ਆਨਸਰ ਆ ਜਾਏਗਾ ਆਪਸ਼ਨ A ਪ੍ਰਾਇਮਰੀ ਮੈਮਰੀ ਠੀਕ ਹੈ ਪ੍ਰਾਇਮਰੀ ਮੈਮਰੀ ਅੱਗੇ ਦੋ ਤਰ੍ਹਾਂ ਦੀ ਹੁੰਦੀ ਹੈ RAM ਹੁੰਦੀ ਹੈ ਇੱਕ ਹੁੰਦੀ ਜੀ ROM ਠੀਕ ਹੈ ਸੋ ਜਿਹੜੀ RAM ਹੁੰਦੀ ਉਹ ਵੀ ਇੱਕ ਬਾਹਰੇ ਹੀ ਹੁੰਦੀ ਹੈ RAM ਵੀ ਇੱਕ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀਡੀਓ ਗੇਮਸ ਆਉਂਦੇ ਹੁੰਦੇ ਸੀ ਇੱਕ ਕੈਸਟਾ ਹੁੰਦੀ ਸੀ ਦੀ ਸੋ ਉਸ ਤਰ੍ਹਾਂ ਵੀ ਹੁੰਦੀ ਹੈ ਦੇਖਣ ਚ RAM ਠੀਕ ਹੈ ਉਹ ਵੀ ਬਾਹਰੇ ਹੁੰਦੀ ਹੈ ਪਰ ROM ਰੀਡ-ਓਨਲੀ ਮੈਮਰੀ ਠੀਕ ਹੈ ਉਹ ਕੀ ਹੈ CPU ਚਿਪ ਦੇ ਵਿੱਚ ਹੁੰਦੀ ਹੈ ਠੀਕ ਹੈ ਸੋ ਐਸੇ ਕਰਕੇ ਸਾਡਾ ਆਨਸਰ ਆ ਗਿਆ ਕਿ CPU ਦੇ ਵਿੱਚ ਕੀ ਹੁੰਦਾ ਹੈ ਪ੍ਰਾਇਮਰੀ ਮੈਮਰੀ ਸੋ ਨੈਕਸਟ ਕੁਐਸਚਨ ਹੈਗਾ ਯੀ ਵਾਟ ਆਰ ਦਾ ਕੰਪੋਨੈਂਟਸ ਆਫ CPU CPU ਦੇ ਕਿਹੜੇ ਕਿਹੜੇ ਮੇਨ ਕੰਪੋਨੈਂਟਸ ਹੁੰਦੇ ਨੇ ਕੰਟਰੋਲ ਯੂਨਿਟ ਅਰਥਮੈਟਿਕ ਲੌਜੀਕ ਯੂਨਿਟ ਤੇ ਮੈਮਰੀ ਸੋ ਇਹ ਤਿੰਨੇ ਹੀ ਜਿਹੜੇ ਇਹਦੇ ਪਾਰਟਸ ਨੇਗੇ CPU ਦੇ ਠੀਕ ਹੈ ਅਰਥਮੈਟਿਕ ਲੌਜੀਕ ਯੂਨਿਟ ਕਾਦੇ ਵਾਸਤੇ ਹੁੰਦਾ ਜਿੰਨੇ ਵੀ ਮੈਥਮੈਟਿਕਲ ਫੰਕਸ਼ਨ ਹੁੰਦੇ ਕੋਈ ਗੁਣਾ ਕਰਨੀ ਵੰਡ ਕਰਨੀ ਡਿਵਾਈਡ ਕਰਨੀ ਜੋੜ ਕਰਨਾ ਘਟਾ ਕਰਨਾ ਮੈਥ ਦਾ ਕੋਈ ਵੀ ਕੰਮ ਆ ਤਾਂ ALU ਦੇ ਵਿੱਚ ਹੋਏਗਾ ALU ਦਾ ਮਤਲਬ ਹੁੰਦਾ ਅਰਥਮੈਟਿਕ ਲੌਜੀਕ ਯੂਨਿਟ ਸੋ এবੀ ਸੀ ਪੀ ਯੂ ਦੇ ਵਿੱਚ ਹੁੰਦਾ ਇੱਕ ਹੁੰਦਾ ਕੰਟਰੋਲ ਯੂਨਿਟ ਜਿਹੜਾ ਓਵਰਆਲ ਕੰਟਰੋਲਿੰਗ ਕਰਦਾ ਸਾਰੀਆਂ ਚੀਜ਼ਾਂ ਨੂੰ ਉਹ ਉਹਦਾ ਕੰਟਰੋਲ ਯੂਨਿਟ ਇੱਕ ਹੁੰਦੀ ਜੀ ਮੈਮਰੀ ਜਿਹੜਾ ਸਾਡਾ ਸੀ ਪੀ ਯੂ ਹੁੰਦਾ ਨਾ ਉਹ ਕਦੇ ਵੀ ਹਾਰਡ ਡਿਸਕ ਨਾਲ ਸਿੱਧਾ ਇੰਟਰੈਕਟ ਨਹੀਂ ਕਰਦਾ ਕਿਉਂਕਿ ਹਾਰਡ ਡਿਸਕ ਦੀ ਸਪੀਡ ਤਾਂ ਬਹੁਤ ਜ਼ਿਆਦਾ ਸਲੋ ਹੁੰਦੀ ਹੈ ਇਵਨ ਐਸ ਐਸ ਡੀ ਨਾਲ ਵੀ ਨਹੀਂ ਕਰਦਾ ਉਹਦੀ ਆਪ ਦੀ ਮੈਮਰੀ ਹੁੰਦੀ ਹੈ ਜਿਸ ਨੂੰ ਅਸੀਂ ਮੇਨ ਮੈਮਰੀ ਕਹਿੰਦੇ ਆ ਉਹ ਸਿੱਧਾ ਇੰਟਰੈਕਟ ਕਰਦਾ ਮੇਨ ਮੈਮਰੀ ਨਾਲ ਠੀਕ ਹੈ ਜਦੋਂ ਉਹਨੂੰ ਕੋਈ ਡਾਟਾ ਚਾਹੀਦਾ ਪਹਿਲਾਂ ਕਿ ਹਾਰਡ ਡਿਸਕ ਦੇ ਵਿੱਚ ਉਹ ਡਾਟਾ ਪਿਕ ਕਰਕੇ ਪਹਿਲਾ ਹੁੰਦਾ ਜੀ ਮੇਨ ਮੈਮਰੀ ਦੇ ਵਿੱਚ ਤਾਂ ਤੁਹਾਡਾ CPU ਸਿੱਧਾ ਡਾਇਰੈਕਟ ਕਰਦਾ ਇੰਟਰੈਕਟ ਮੇਨ ਮੈਮਰੀ ਨਾਲ ਕਿਉਂਕਿ ਇਹਦੀ ਜਿਹੜੀ ਸਪੀਡ ਹੈ ਫਾਸਟ ਹੁੰਦੀ ਹੈ ਮੇਨ ਮੈਮਰੀ ਅਸੀਂ ਸਾਡੀ RAM ਨੂੰ ਵੀ ਕਹਿ ਦਿੰਦੇ ਆਪਾਂ ਕਹਿੰਦੇ ਆ ਕਿ ਸਾਡੇ ਕੰਪਿਊਟਰ ਚ ਇੰਨੀ ਵੱਡੀ RAM ਆ ਤਾਂ ਕੰਪਿਊਟਰ ਫਾਸਟ ਚੱਲੇਗਾ ਠੀਕ ਹੈ ਸੋ ਮੋਬਾਈਲ ਚ ਵੀ ਕਹਿੰਦੇ ਨੇ ਕਿ 6GB ਵਾਲਾ ਹੋਇਆ 8GB ਵਾਲਾ ਮੀਨਸ ਜਿਆਦਾ RAM ਹੈ ਉਹਦੇ ਵਿੱਚ ਜ਼ਿਆਦਾ ਚੀਜ਼ਾਂ ਰਹਿਣਗੀਆਂ ਇਸ ਕਰਕੇ CPU ਡਾਇਰੈਕਟਲੀ ਉਹਦੇ ਨਾਲ ਇੰਟਰੈਕਟ ਕਰ ਸਕੇਗਾ ਅਗਰ RAM ਛੋਟੀ ਹੋਏਗੀ ਤਾਂ ਉਹਨੂੰ ਕੀ ਇਹ ਸਪੇਸ ਖਾਲੀ ਕਰਨੀ ਪਏਗੀ ਜਿਹੜੀ ਪਹਿਲਾਂ ਦੀ ਚੀਜ਼ ਉਹ ਬਾਹਰ ਕੱਢੇਗਾ ਫਿਰ ਨਵੀਂ ਚੀਜ਼ ਆਏਗੀ ਫਿਰ CPU ਉਹ ਨਾਲ ਇੰਟਰੈਕਟ ਕਰੇਗਾ ਫਿਰ ਉਹਨੂੰ ਅਸੀਂ ਬਾਹਰ ਕੱਢਾਂਗੇ ਕਿਉਂਕਿ ਨਵੀਂ ਚੀਜ਼ ਆਏਗੀ ਠੀਕ ਹੈ ਅਗਰ ਕੀ ਇਹ RAM ਵੱਡੀ ਹੋਏਗੀ ਫਿਰ ਵਾਵਾ ਚੀਜ਼ਾਂ ਪਈਆਂ ਰਹਿੰਦੀਆਂ ਨੇ CPU ਡਾਇਰੈਕਟਲੀ ਉਹਨਾਂ ਨਾਲ ਕੀ ਇੰਟਰੈਕਟ ਕਰਦਾ ਰਹਿੰਦਾ ਸੋ ਰੀਅਲ ਐਗਜ਼ਾਮਪਲ ਦਿਨਾ ਜਿਸ ਤਰ੍ਹਾਂ ਤੁਸੀਂ ਮੋਬਾਈਲ ਦੇ ਉੱਪਰ WhatsApp ਖੋਲ੍ਹ ਲਈ YouTube ਖੋਲ੍ਹ ਲਈ ਠੀਕ ਹੈ ਤੇ ਤੁਸੀਂ ਕੋਈ ਵੀਡੀਓ ਵੀ ਦੇਖ ਰਹੇ ਹੋ ਤੁਸੀਂ ਕਿ ਇਹਨੂੰ ਮਿਨੀਮਾਈਜ਼ ਜੇ ਕਰ ਦਿਨੇ ਸਾਰੀਆਂ ਐਪਲੀਕੇਸ਼ਨਸ ਓਪਨ ਪਈਆਂ ਨੇ ਠੀਕ ਹੈ ਅਗਰ ਰੈਮ ਵਧੀਆ ਹੋਈ ਤਾਂ ਸਹੀ ਕੰਮ ਕਰੇਗਾ ਅਗਰ ਰੈਮ ਛੋਟੀ ਹੈ ਤਾਂ ਹੈਂਗ ਹੋ ਜਾਏਗਾ ਠੀਕ ਹੈ ਸੋ ਇਹ ਹੁੰਦੀ ਹੈ ਸਾਡੀ ਮੇਨ ਮੈਮਰੀ ਸੋ ਐਸ ਕੁਐਸਚਨ ਦੇ ਵਿੱਚ ਸਾਡਾ ਆਨਸਰ ਆ ਜਾਏਗਾ 올 ਆਫ द ਬਬ ਕਿ ਸੀਪੀਯੂ ਦੇ ਕਿਹੜੇ ਕਿਹੜੇ ਪਾਰਟਸ ਹੁੰਦੇ ਨੇ ਕੰਟਰੋਲ ਯੂਨਿਟ ਏ ਐਲ ਯੂ ਐਂਡ ਮੈਮਰੀ ਤਿੰਨੋ ਹੀ ਹੈ ਇਹ ਪਾਰਟਸ ਨੇ ਹੂ ਡਿਸਕਵਰਡ ਦਾ ਬੂਲੀਅਨ ਅਲਜੇਬਰਾ ਠੀਕ ਹੈ ਸੋ ਬੂਲੀਅਨ ਅਲਜੇਬਰਾ ਦੀ ਖੋਜ ਕਿਨੇ ਕਰੀ ਸੀ ਬੂਲੀਅਨ ਅਲਜੈਬਰਾ ਇੱਕ ਸਬਜੈਕਟ ਵੀ ਹੈ ਕੰਪਿਊਟਰ ਦੇ ਵਿੱਚ ਠੀਕ ਹੈ ਪੂਰੀ ਇੱਕ ਕਿਤਾਬ ਹੈ ਬੂਲੀਅਨ ਜੈਬਰਾ ਦੇ ਵਿੱਚ ਠੀਕ ਹੈ ਮੋਟਾ-ਮੋਟਾ ਜਿਹਾ ਦੱਸਦਾ ਉਹਦੇ ਵਿੱਚ ਕੀ ਹੁੰਦਾ ਹੈ ਇਕੁਏਸ਼ਨਸ ਹੁੰਦੀਆਂ ਨੇ ਟਰੂ ਐਂਡ ਫਾਲਸ ਵਾਲੀਆਂ ਠੀਕ ਹੈ ਸੋ ਉਹਦੇ ਵਿੱਚ ਵੀ ਆਪਰੇਸ਼ਨਸ ਹੁੰਦੇ ਜਿਵੇਂ ਯੂਨੀਅਨ ਇੰਟਰਸੈਕਸ਼ਨ ਠੀਕ ਹੈ ਸੋ ਟਰੂ ਨਾਲ ਟਰੂ ਨੂੰ ਕਰੋਗੇ ਤਾਂ ਟਰੂ ਆਊਗਾ ਠੀਕ ਹੈ ਜਿਸ ਤਰ੍ਹਾਂ ਕੋਈ ਵੀ ਐਗਜ਼ਾਮਪਲ ਦੇ ਰਿਆਂ ਟਰੂ ਨੂੰ ਫਾਲਸ ਨਾਲ ਕੋਈ ਆਪਾਂ ਇੰਟਰਸੈਕਸ਼ਨ ਕਰਾਂਗੇ ਤਾਂ ਫਾਲਸ ਆਊਗਾ ਸੋ ਇਸ ਤਰ੍ਹਾਂ ਦੇ ਆਪਰੇਸ਼ਨ ਜੇ ਪਰਫਾਰਮ ਕਰ ਦਿੰਨੇ ਆ ਉਸ ਚੀਜ਼ ਨੂੰ ਬੋਲਦੇ ਬੂਲੀਅਨ ਅਲਜੈਬਰਾ ਠੀਕ ਐ ਜਿਹਦੀ ਖੋਜ ਕਿਨੇ ਕਰੀ ਸੀ ਉਹਦਾ ਬੰਦੇ ਦਾ ਨਾਮ ਯਾਦ ਰੱਖਣਾ ਜਾਰਜ ਬੁੱਲੇ ਠੀਕ ਐ ਜਾਰਜ ਬੁੱਲੇ ਨੇ ਬਣਾਇਆ ਸੀ ਬੁੱਲੇ ਨੇ ਜੈਬਰਾ ਸੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਹੋਰ ਇਥੇ ਇੱਕ ਹੋਰ ਨਾਮ ਦਿੱਤਾ ਹੈ ਚਾਰਲਸ ਬੈਬੇਜ ਚਾਰਲਸ ਬੈਬੇਜ ਕੋਣ ਨੇ ਸਾਡੇ ਫਾਦਰ ਆਫ ਕੰਪਿਊਟਰ ਜਿਨ੍ਹਾਂ ਨੇ ਕੰਪਿਊਟਰ ਦੀ ਖੋਜ ਕੀਤੀ ਸੀ ਠੀਕ ਐ ਜਿਨ੍ਹਾਂ ਨੇ ਕੰਪਿਊਟਰ ਬਣਾਇਆ ਫਾਦਰ ਆਫ ਕੰਪਿਊਟਰ ਕੋਣ ਨੇ ਛੜਾ ਇਥੇ অপਸ਼ਨ ਨੰਬਰ ਬੀ ਦਿੱਤਾ ਹੈ ਚਾਰਲਸ ਬੈਬੇਜ ਸੋ ਇਹ ਵੀ ਨਾਮ ਤੁਸੀਂ ਜਰੂਰ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈਗਾ ਜੀ ਵਿਚ ਆਫ ਦਾ ਫੋਲੋਇੰਗ ਆ ਰਿਲੇਟਡ ਟੂ ਫਾਈਂਡਿੰਗ ਇਨਫੋਰਮੇਸ਼ਨ ਫਰੋਮ ਦਾ ਰੈਮ ਠੀਕ ਹੈ ਇਹਨਾਂ ਦੇ ਵਿੱਚੋਂ ਕਹਿੰਦੇ ਕਿਹੜੀ ਚੀਜ਼ ਹੈ ਜਿਹਨੇ ਇਨਫੋਰਮੇਸ਼ਨ ਫਾਈਂਡ ਕਰਕੇ ਦਿੰਦੇ ਸਾਨੂੰ ਰੈਮ ਦੇ ਵਿੱਚੋਂ ਠੀਕ ਹੈ ਸੋ ਰੈਮ ਦੇ ਵਿੱਚੋਂ ਇਨਫੋਰਮੇਸ਼ਨ ਫਾਈਂਡ ਕਰਨੇ ਤਾਂ ਤਿੰਨੇ ਚੀਜ਼ਾਂ ਯੂਜ਼ ਹੁੰਦੀਆਂ ਮੈਮਰੀ ਬਫਰ ਰਜਿਸਟਰ ਮੈਮਰੀ ਡਾਟਾ ਰਜਿਸਟਰ ਔਰ ਮੈਮਰੀ ਐਡਰੈਸ ਰਜਿਸਟਰ ਠੀਕ ਹੈ ਸੋ ਤਿੰਨੇ ਹੀ ਇਹ ਯੂਜ਼ ਹੁੰਦੇ ਨੇ ਰਜਿਸਟਰ ਰਜਿਸਟਰ ਹੁੰਦਾ ਜਿਹਦੇ ਵਿੱਚ ਕਿ ਅਸੀਂ ਡਾਟਾ ਸਟੋਰ ਕਰਦੇ ਹਾਂ ਟੈਂਪਰੇਰੀ ਔਰ ਰਜਿਸਟਰ ਦੀ ਜਿਹੜੀ ਸਪੀਡ ਹੈ ਕਾਫੀ ਜ਼ਿਆਦਾ ਫਾਸਟ ਹੁੰਦੀ ਹੈ ਠੀਕ ਹੈ ਸੋ ਕਈ ਰਜਿਸਟਰ ਦੇ ਵਿੱਚ ਤਾਂ ਅਸੀਂ ਐਡਰੈਸ ਸੇਵ ਕਰਦੇ ਹਾਂ ਕਈਆਂ ਦੇ ਵਿੱਚ ਡਾਟਾ ਸੇਵ ਕਰਦੇ ਹਾਂ ਉਹ ਕਈਆਂ ਦੇ ਵਿੱਚ ਸੇਵ ਕਰਦੇ ਅਸੀਂ ਬਫਰ ਡਾਟਾ ਠੀਕ ਹੈ ਸੋ ਤਿੰਨ ਤਰ੍ਹਾਂ ਦੇ ਇੱਥੇ ਰਜਿਸਟਰ ਦਿੱਤੇ ਆ ਮੈਮਰੀ ਬਫਰ ਰਜਿਸਟਰ ਮੈਮਰੀ ਡਾਟਾ ਰਜਿਸਟਰ ਔਰ ਮੈਮਰੀ ਐਡਰੈਸ ਰਜਿਸਟਰ ਠੀਕ ਹੈ ਜੀ ਸੋ ਸਾਡਾ ਆਨਸਰ ਆ ਜਾਏਗਾ 올 ਆਫ ਦਾ ਬਾਬ ਤਿੰਨੇ ਹੀ ਇਨਫੋਰਮੇਸ਼ਨ ਫਾਈਂਡ ਕਰਨ ਲਈ ਸੋ ਦੇ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈਗਾ ਜੀ ਵਟ ਵਾਸ ਦਾ ਸਪੈਸ਼ਲ ਫੀਚਰ ਆਫ ਦਾ ਐਪਲ ਲੀਜ਼ਾ ਕੰਪਿਊਟਰ ਲਾਂਚਡ ਇਨ 1983 ਸੋ 1983 ਦੇ ਵਿੱਚ ਜਿਹੜਾ ਐਪਲ ਲੀਜ਼ਾ ਕੰਪਿਊਟਰ ਆਇਆ ਸੀ ਉਸ ਦੀ ਮੇਨ ਸਪੈਸ਼ਲ ਫੀਚਰ ਕੀ ਸੀ ਉਹ ਹੈਗੀ ਸੀ ਜੀ ਯੂ ਆਈ ਡੈਸਕਟਾਪ ਹੁਣ ਇਹ ਤੁਸੀਂ ਕਹੋਗੇ ਆਹ ਕੀ ਚੀਜ਼ ਆ ਗਈ ਨਵੀਂ ਜੀ ਯੂ ਆਈ ਪਹਿਲਾ ਵਾਲੇ ਜਿਹੜੇ ਕੰਪਿਊਟਰ ਸੀ ਉਹਦੇ ਵਿੱਚ ਤੁਹਾਨੂੰ ਕੀ ਕੁਝ ਵੀ ਕੰਮ ਕਰਨਾ ਤੁਹਾਨੂੰ ਕਮਾਂਡ ਟਾਈਪ ਕਰਨੀ ਪੈਂਦੀ ਸੀ ਸਾਰਾ ਕੁਝ ਟਾਈਪ ਕਰਨਾ ਪੈਂਦਾ ਸੀ ਈਵਨ ਕੋਈ ਵੀਡੀਓ ਦੇਖਣੀ ਆ ਵੀਡੀਓ ਬੜੇ ਤੋਂ ਉਸ ਟਾਈਮ ਤੇ ਹੁੰਦੀ ਨਹੀਂ ਸੀ ਮਤਲਬ ਕੋਈ ਮੈਥੈਮੈਟਿਕਲ ਕੋਈ ਕੰਮ ਕਰਨਾ ਸਾਰਾ ਕੁਝ ਲਿਖ ਕੇ ਕਮਾਂਡਾਂ ਦੇਣੀ ਪੈਂਦੀ ਸੀ ਹੁਣ ਦੇਖੋ ਤੁਹਾਡੇ ਕਿੰਨਾ ਸੌਖਾ ਕੰਮ ਹੈ ਤੁਸੀਂ ਇਕੱਲਾ ਮਾਊਸ ਜੇ ਨਾਲ ਕਰਸਰ ਲੈ ਕੇ ਕਲਿੱਕ ਕਰ ਦੇਣਾ ਉਹ ਜੀ ਚੱਲ ਪੈਂਦੀ ਆ ਠੀਕ ਆ ਸੋ ਜਿਹੜੇ ਉੱਥੇ ਛੋਟੇ ਛੋਟੇ ਆਈਕਨ ਬਣੇ ਹੁੰਦੇ ਨੇ ਤੁਹਾਡੇ ਡੈਸਕਟਾਪ ਦੇ ਉੱਪਰ ਠੀਕ ਆ ਉਸ ਚੀਜ਼ ਨੂੰ ਬੋਲਦੇ ਜੀ ਯੂ ਆਈ ਜੀ ਯੂ ਆਈ ਮੀਨਸ ਗ੍ਰਾਫੀਕਲ ਯੂਜ਼ਰ ਇੰਟਰਫੇਸ ਠੀਕ ਹੈ ਸੋ ਉਸ ਟਾਈਮ ਦੇ ਉੱਪਰ ਪਹਿਲੀ ਵਾਰ ਆਇਆ 1983 ਦੇ ਵਿੱਚ Apple Lisa ਕੰਪਿਊਟਰ ਉਹਦੀ ਮੇਨ ਫੀਚਰ ਸੀ ਕਿ ਉਹਦੇ ਵਿੱਚ ਜੀ ਯੂ ਆਈ ਆ ਗਿਆ 1983 ਦੇ ਵਿੱਚ ਠੀਕ ਹੈ ਏ ਜੀ ਯੂ ਆਈ ਦੇ ਆਉਣ ਨਾਲ ਹੀ ਕੰਪਿਊਟਰ ਚਲਾਣੇ ਸੌਖੇ ਹੋ ਗਏ ਠੀਕ ਹੈ ਕਿਉਂਕਿ ਤੁਸੀਂ ਕੀ ਉੱਥੇ ਸੋਹਣੇ ਸੋਹਣੇ ਤੁਹਾਨੂੰ ਆਈਕਨ ਜਿ ਦਿੱਤੇ ਹੁੰਦੇ ਆ ਕਲਿੱਕ ਕਰੋ ਤੇ ਚਲਾਓ ਅਗਰ ਲਿਖ ਲਿਖ ਕੇ ਕਮਾਂਡਾ ਦੇ ਨਹੀਂ ਹੁੰਦੇ ਦੇਖ ਲਓ ਕਿੰਨਾ ਔਖਾ ਸੀਗਾ ਫਿਰ ਕਿਸੇ ਨੇ ਚਲਾਣਾ ਹੀ ਨਹੀਂ ਸੀ ਫਿਰ ਕੰਪਿਊਟਰ ਇੰਨੇ ਫੇਮਸ ਵੀ ਨਹੀਂ ਹੋਣੇ ਸੀ ਠੀਕ ਹੈ ਸੋ ਜੀ ਯੂ ਆਈ ਦੀ ਫੁੱਲ ਫਾਰਮ ਜ਼ਰੂਰ ਯਾਦ ਰੱਖਣੀ ਬਹੁਤ ਹੀ ਇੰਪੋਰਟੈਂਟ ਹੈ ਇਹ ਗ੍ਰਾਫੀਕਲ ਯੂਜ਼ਰ ਇੰਟਰਫੇਸ ਨੈਕਸਟ ਦੇਖੋ ਜੀ ਵਟ ਕਾਈਂਡ ਆਫ ਡਾਟਾ ਇਜ਼ ਪ੍ਰੋਸੈਸਡ ਬਾਈ ਐਨ ਐਨਾਲੌਗ ਕੰਪਿਊਟਰ ਕਿਸ ਤਰ੍ਹਾਂ ਦਾ ਡਾਟਾ ਕੀ ਐਨਲੋਗ ਕੰਪਿਊਟਰ ਕੀ ਹੈ ਕੈਰੀ ਕਰਦੇ ਨੇ ਪ੍ਰੋਸੈਸ ਕਰਦੇ ਨੇ ਇਹ ਕਰਦਾ ਜੀ ਕੰਟੀਨਿਊਸ ਵੈਰੀਂਗ ਡਾਟਾ ਵੈਰੀਂਗ ਮੀਨ ਬਦਲਦਾ ਰਹਿੰਦਾ ਡਾਟਾ ਐਨਲੋਗ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਹਾਰਟਬੀਟ ਵੱਧਦੀ ਘਟਦੀ ਰਹਿੰਦੀ ਹੈ ਮੂਵਮੈਂਟ ਚੱਲਦੀ ਰਹਿੰਦੀ ਹੈ ਸੋ ਇਹ ਕੰਟੀਨਿਊਸਲੀ ਵੈਰੀ ਕਰਦਾ ਰਹਿੰਦਾ ਡਾਟਾ ਠੀਕ ਹੈ ਸੋ ਐਨਲੋਗ ਕੰਪਿਊਟਰ ਕੰਟੀਨਿਊਸ ਵੈਰੀਂਗ ਡਾਟਾ ਨੂੰ ਪ੍ਰੋਸੈਸ ਕਰਦੇ ਨੇ ਸੋ ਵਿਚ ਇਜ਼ ਦਾ ਫਰਸਟ ਪ੍ਰੋਗਰਾਮੇਬਲ ਐਨਲੋਗ ਕੰਪਿਊਟਰ ਸਭ ਤੋਂ ਪਹਿਲਾ ਜਿਹੜਾ ਐਨਲੋਗ ਕੰਪਿਊਟਰ ਸੀ ਉਹਦਾ ਨਾਮ ਕੀ ਸੀ ਕੈਸਲ ਕ ਟੈਸਲ ਕਲੌਕ ਇਹ ਹੈਗਾ ਸੀ ਸਾਡੇ ਪਹਿਲੇ ਐਨਲੌਗ ਕੰਪਿਊਟਰ ਦਾ ਨਾਮ ਠੀਕ ਹੈ ਜੀ ਹੋ ਨੈਕਸਟ ਕੁਐਸਚਨ ਦੇਖਦੇ ਹਾਂ ਹੂ ਹੈਡ ਬਿਲਡ ਦਾ ਫਰਸਟ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਠੀਕ ਹੈ ਸਭ ਤੋਂ ਪਹਿਲਾ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਕਿਸ ਨੇ ਬਣਾਇਆ ਸੀ ਏ ਬਣਾਇਆ ਸੀਗਾ ਜੀ ਜੌਨ ਅਟਾਨਾਸੋਫ ਠੀਕ ਹੈ ਜੀ ਜੌਨ ਅਟਾਨਾਸੋਫ ਨੇ ਬਣਾਇਆ ਸੀ ਫਰਸਟ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਠੀਕ ਹੈ ਅਗਰ ਆਪਾਂ ਫਾਦਰ ਆਫ ਕੰਪਿਊਟਰ ਕਹਾਂਗੇ ਜਿਹੜੀ ਕੰਪਿਊਟਰ ਦੀ ਜਿਨ੍ਹਾਂ ਨੇ ਖੋਜ ਕੀਤੀ ਹੈ ਚਾਰਲਸ ਬੈਬੇਜ ਨੇ ਅਗਰ ਇਸ ਤਰ੍ਹਾਂ ਹੀ ਆਇਆ ਡਾਇਰੈਕਟ ਕੁਐਸਚਨ ਕਿ ਫਰਸਟ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਕਿੰਨਾ ਨੇ ਬਣਾਇਆ ਸੀ ਜੋਨ ਅਟਾਨਾਸੋਫ ਨੇ ਠੀਕ ਹੈ ਕਿਉਂਕਿ ਜਿਹੜੇ ਅਸੀਂ ਹੁਣ ਵੀ ਜਿਹੜੇ ਅਸੀਂ ਕੰਪਿਊਟਰ ਯੂਜ਼ ਕਰਦੇ ਆ ਮਾਡਰਨ ਕੰਪਿਊਟਰਸ ਵੀ ਜਿਹੜੇ ਅਸੀਂ ਕੋਈ ਜਿਹੜੀ ਟੈਕਨੋਲੋਜੀ ਉੱਥੇ ਯੂਜ਼ ਕੀਤੀ ਗਈ ਹੈ ਜਾਂ ਕੋਈ ਕਨਸੈਪਟ ਯੂਜ਼ ਕੀਤਾ ਗਿਆ ਸੋ ਜਿਹੜਾ ਕਿ ਚਾਰਲਸ ਬੈਬੇਜ ਨੇ ਖੋਜ ਕਰੀ ਸੀ ਉਹੀ ਹਜੇ ਤੱਕ ਯੂਜ਼ ਕਰਦੇ ਆ ਠੀਕ ਹੈ ਜੀ ਸੋ ਇੱਥੇ ਪਹਿਲੇ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਦੀ ਗੱਲ ਕੀਤੀ ਆ ਤੇ ਬਣਾਇਆ ਸੀ ਜੌਨ ਅਟਨਸੌਫ ਨੇ ਅਗਰ ਫਾਦਰ ਆਫ ਕੰਪਿਊਟਰ ਕਹਦੇ ਨੇ ਤਾਂ ਕੌਣ ਨੇ 4.5 ਲੇਜ਼ ਬਈ ਹੋਰ ਬੂਲੀਅਨ ਅਲਜੇਬਰਾ ਕਿਨੇ ਬਣਾਇਆ ਸੀ ਤਾਂ ਜਾਰਜ ਬੂਲੇ ਨੇ ਠੀਕ ਹੈ ਜੀ ਸੋ ਇਹ ਤੁਸੀਂ ਜ਼ਰੂਰ ਯਾਦ ਰੱਖਣੇ ਆ ਨੈਕਸਟ ਕੁਐਸਚਨ ਹੈਗਾ ਜੀ ਵਟ ਕੈਨ ਪੋਸੀਬਲੀ ਬੀ ਕੰਟੇਨਡ ਬਾਈ ਐਨ ਇੰਟੀਗ੍ਰੇਟਡ ਸਰਕਟ ਚਿਪ ਠੀਕ ਹੈ ਇੰਟੀਗ੍ਰੇਟਡ ਸਰਕਟ ਚਿਪ ਨੂੰ ਕਹਿੰਦੇ ਆ ਆਈਸੀ ਚਿਪ ਠੀਕ ਹੈ ਜਿਸ ਤਰ੍ਹਾਂ ਤੁਸੀਂ ਮੋਬਾਈਲਾਂ ਦੇ ਵਿੱਚ ਮੈਮਰੀ ਕਾਰਡ ਪਾਉਂਦੇ ਦੇਖਿਆ ਆ ਆਪਾਂ ਕਹਿੰ ਉਹਦਾ ਟੈਕਨੀਕਲ ਨਾਮ ਹੁੰਦਾ ਇੰਟੀਗ੍ਰੇਟਡ ਸਰਕਟ ਠੀਕ ਹੈ ਹੁਣ ਕਹਿੰਦੇ ਇੰਟੀਗ੍ਰੇਟਡ ਸਰਕਟ ਠੀਕ ਹੈ ਉਹਦੇ ਵਿੱਚ ਕੀ ਕੀ ਚੀਜ਼ਾਂ ਹੋ ਸਕਦੀਆਂ ਉਹਦੇ ਵਿੱਚ ਕੀ ਹੈ ਦੇਖੋ CPU ਹੋ ਸਕਦਾ ਮੈਮਰੀਜ਼ ਵੀ ਹੋ ਸਕਦੀਆਂ ਫੈਰਿਵਲ ਡਿਵਾਈਸਸ ਵੀ ਹੋ ਸਕਦੀਆਂ ਸੋ ਇਹ ਹੁੰਦਾ ਜੀ 올 ਆਫ ਦਾ ਬੱਬ ਠੀਕ ਹੈ ਉਹ ਪੈਰਾਫੀਲਡ ਡਿਵਾਈਸਸ ਕਿਹਨਾਂ ਨੂੰ ਕਹਿ ਦਿੰਦੇ ਆ ਠੀਕ ਹੈ ਪੈਰਾਫੀਲਡ ਡਿਵਾਈਸਸ ਉਹ ਹੁੰਦੇ ਆ ਜਿਹੜੇ ਕਿ ਤੁਸੀਂ ਵਾਇਰ ਨਾਲ ਆਪਦੇ CPU ਨਾਲ ਕਨੈਕਟ ਕਰਦੇ ਹੋ ਜਿਦਾਂ ਤੁਹਾਡਾ ਕੀਬੋਰਡ ਹੋ ਗਿਆ ਮਾਊਸ ਹੋ ਗਿਆ ਠੀਕ ਹੈ ਸੋ ਇਹੋ ਜਿਹੇ ਚੀਜ਼ਾਂ ਜਿਹੜੇ ਡਿਵਾਈਸਸ ਨੇ ਕਨੈਕਟ ਕਰਦੇ ਹਾਂ ਜਿਵੇਂ ਕੋਈ ਹੋ ਮਾਈਕ੍ਰੋਫੋਨ ਹੋ ਗਿਆ ਠੀਕ ਹੈ ਸੋ ਕੋਈ ਰਾਈਟਿੰਗ ਪੈਡ ਹੋ ਗਿਆ ਇਹ ਸਾਰੇ ਹੋਗੇ ਸਾਡੇ ਫੈਰਾਫਿਲਡ ਡਿਵਾਈਸਸ ਠੀਕ ਹੈ ਜੀ ਸੋ ਸਾਡਾ ਐਸ ਕੁਸਚਨ ਵਿੱਚ ਅਨਸਰ ਆ ਗਿਆ ਜੀ 올 ਆਫ द ਅਬੋਵ ਦੇਖੋ ਨੈਕਸਟ ਕੁਸਚਨ ਵਾਟ ਆਰ ਦਾ ਪੋਸੀਬਲ ਯੂਸਸ ਆਫ ਹੋਮ ਥੀਟਰ ਪੀਸੀ ਠੀਕ ਹੈ ਸੋ ਜਿਹੜਾ ਹੋਮ ਥੀਟਰ ਪੀਸੀ ਹੁੰਦਾ ਹੈ ਉਹਦੇ ਮੇਨ ਯੂਸਸ ਕੀ ਨੇ ਕਨਵਰਜੈਂਸ ਡਿਵਾਈਸ ਡਿਜੀਟਲ ਵੀਡੀਓ ਰਿਕਾਰਡਰ ਡਿਜੀਟਲ ਫੋਟੋ 뷰ਅਰ ਸੋ ਸਾਡਾ ਐਸ ਕੁਐਸਚਨ ਦੇ ਵਿੱਚ ਵੀ ਅਨਸਰ ਹੋ ਜੀ ਆਪਸ਼ਨ ਨੰਬਰ ਡੀ 올 ਆਫ द above ਜਿਹੜਾ ਸਾਡਾ ਹੋਮ ਥੀਟਰ ਪੀਸੀ ਹੁੰਦਾ ਉਸ ਦੇ ਵਿੱਚ ਫੋਟੋਆਂ ਦੇਖ ਸਕਦੇ ਆ ਫੋਟੋ 뷰ਅਰ ਹੈ ਵੀਡੀਓ ਰਿਕਾਰਡ ਕਰ ਸਕਦੇ ਆ ਔਰ ਕਨਵਰਜੈਂਸ ਡਿਵਾਈਸ ਹੈ ਕਨਵਰਜੈਂਸ ਡਿਵਾਈਸ ਮੀਨਸ ਜਿਹਦੇ ਉੱਪਰ ਕੇ ਤੁਸੀਂ ਮਲਟੀਪਲ ਕੰਮ ਕਰ ਸਕਦੇ ਹੋ ਵੀਡੀਓ ਵੀ ਦੇਖ ਸਕਦੇ ਹੋ ਲੈਟਰ ਵੀ ਰਾਈਟ ਕਰ ਸਕਦੇ ਹੋ ਮਿਊਜ਼ਿਕ ਵੀ ਸੁਣ ਸਕਦੇ ਹੋ ਇੰਟਰਨੈਟ ਵੀ ਜੁਲਾ ਸਕਦੇ ਹੋ ਕਨਵਰਜੈਂਸ ਦਾ ਮਤਲਬ ਵੀ ਹੁੰਦਾ ਹੈ ਕਿ ਅਬਿਲਟੀ ਟੂ ਡੂ ਡਿਫਰੈਂਟ ਟਾਸਕ ਠੀ सो कन्वर्जेंस डिवाइस ठीक है होम थिएटर की है साडा होम थिएटर है कन्वर्जेंस डिवाइस है वीडियो रिकॉर्डर भी है फोटो व्यूअर भी है आंसर आ जाएगा ऑल ऑफ द अबव नेक्स्ट क्वेश्चन है जी विच ऑफ द फॉलोइंग कंप्यूटर कंपोनेंट अलाउ यू टू कनेक्ट टू द इंटरनेट आ सारे आ गया जी मेन क्वेश्चन ठीक है सो so, ਕਿਹੜਾ ਕੰਪੋਨੈਂਟ ਹੈ ਜਿਹੜਾ ਕੰਪਿਊਟਰ ਨੂੰ ਇੰਟਰਨੈਟ ਦੇ ਨਾਲ ਜੋੜਦਾ ਹੈ ਸੋ ਤੁਸੀਂ ਨਵਾਂ ਪੀਸੀ ਖਰੀਦ ਲਿਆ ਘਰੇ ਇੰਟਰਨੈਟ ਚਲਾਉਣਾ ਹੁਣ ਤੁਸੀਂ ਉਹਦੇ ਤੇ YouTube ਚਲਾਣੀ ਹੈ YouTube ਇੰਟਰਨੈਟ ਦੇ ਨਾਲ ਚੱਲੂਗੀ ਸੋ ਇੰਟਰਨੈਟ ਚਲਾਉਣ ਵਾਸਤੇ ਮੇਨ ਕੰਪੋਨੈਂਟ ਕਿਹੜਾ ਚਾਹੀਦਾ ਤੁਹਾਨੂੰ ਚਾਹੀਦਾ ਹੁੰਦਾ ਹੈ ਜੀ ਮੋਡਮ ਠੀਕ ਹੈ ਸੋ ਅਗਰ ਤੁਹਾਡੇ ਕੋਲ ਮੋਡਮ ਨਹੀਂ ਹੈਗਾ ਤਾਂ ਇੰਟਰਨੈਟ ਨਹੀਂ ਚੱਲੇਗਾ ਠੀਕ ਹੈ ਸੋ ਸਭ ਤੋਂ ਮੇਨ ਡਿਵਾਈਸ ਹੁੰਦਾ ਘਰੇ ਜੇ ਅਗਰ ਇੰਟਰਨੈਟ ਲਵਾਉਣਾ ਤਾਂ ਤੁਹਾਡੇ ਕੋਲ ਮੋਡਮ ਹੋਣਾ ਚਾਹੀਦਾ ਠੀਕ ਹੈ ਸੋ ਹੁਣ ਤਾਂ ਜਿਹੜੀਆਂ ਪ੍ਰਾਈਵੇਟ ਕੰਪਨੀਆਂਜ਼ ਨੇ ਅਗਰ net ਲਗਾਉਣਾ ਤਾਂ ਉਹ ਆਪ ਖੁਦ ਪ੍ਰੋਵਾਈਡ ਕਰ ਦਿੰਦੀਆਂ ਨੇ ਠੀਕ ਹੈ ਅਗਰ ਤੁਸੀਂ ਸਰਕਾਰੀ ਲਵਾਉਣਾ BSNL ਵਗੈਰਾ ਦਾ BSNL ਤਾਂ ਵੈਸੇ ਹੁਣ ਟਾਈਮ ਹੀ ਚੱਲ ਗਿਆ ਫਿਰ ਤੁਹਾਨੂੰ ਆਪ ਦਾ ਮੋਡਮ ਵੀ ਖਰੀਦਣਾ ਪੈਂਦਾ ਸੀ ਠੀਕ ਹੈ ਸੋ ਸੋ ਇੰਟਰਨੈਟ ਵਾਸਤੇ ਕਿਹੜਾ ਐਡਵਾਈਸ ਚਾਹੀਦਾ ਸਾਨੂੰ ਮੋਡਮ ਨੈਕਸਟ ਕੁਐਸਚਨ ਹੈਗਾ ਜੀ ਫੁੱਲ ਫਾਰਮ ਆਫ ALU ਇਹ ਤਾਂ ਸਾਰਿਆਂ ਨੂੰ ਪਤਾ ਹੀ ਐ। ਇਸ ਕੁਐਸਚਨ ਦਾ ਚਲੋ ਤੁਸੀਂ ਆਨਸਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ। ਐਲ ਜੀ ਯੂ ਦੀ ਫੁੱਲ ਫਾਰਮ ਕੀ ਹੁੰਦੀ ਐ? ਠੀਕ ਐ ਜੀ। ਸੋ ਅੱਜ ਦਾ ਬਿਲਕੁਲ ਈਜ਼ੀ ਕੁਐਸਚਨ ਐ। ਸੋ ਥੈਂਕ ਯੂ so much for watching this video। ਸੋ ਵੀਡੀਓ ਦਾ ਟਾਰਗੇਟ ਰੱਖਦਾ ਜੀ ਮੈਂ 1000 ਵਿਊਜ਼। ਠੀਕ ਐ। ਹੁਣ ਤੁਹਾਡੀ ਰਿਸਪੌਂਸਿਬਿਲਟੀ ਐ। ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ। ਅਗਰ 1000 ਵਿਊ ਆ ਗਏ ਉਦੋਂ ਹੀ ਵੀਡੀਓ ਦਾ ਨੈਕਸਟ ਪਾਰਟ ਆਏਗਾ। ਠੀਕ ਐ। ਹੁਣ ਤੁਸੀਂ ਦੇਖ ਲਓ ਕਿੰਨੀ ਜਲਦੀ ਤੁਹਾਨੂੰ ਕੀ ਵੀਡੀਓ ਦਾ ਨੈਕਸਟ ਪਾਰਟ ਚਾਹੀਦਾ ਸੋ ਅਗਰ ਵੀਡੀਓ ਦੀ ਪੀਡੀਐਫ ਚਾਹੀਦੀ ਹੈ ਤਾਂ ਸਾਡਾ ਟੈਲੀਗ੍ਰam ਦਾ ਗਰੁੱਪ ਜੁਆਇਨ ਕਰ ਲਿਓ ਲਿੰਕ ਆ ਜਾਏਗਾ ਸੋ ਮੇਰੇ ਸੋਸ਼ਲ ਮੀਡੀਆ ਪਲੇਟਫਾਰਮ ਹਮਜ਼ਾ ਸੋ ਉਹਨਾਂ ਦੇ ਉੱਪਰ ਕਲਿੱਕ ਕਰਕੇ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਜੁਆਇਨ ਕਰ ਲਿਓ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਦਿਸ ਵੀਡੀਓ ਮਿਲਦੇ ਆ नेक्स्ट ਵੀਡੀਓ ਚ